ਸਖਵਿੰਦਰ ਸਿੰਘ ਤੋਂ ਸੁਖਵਿੰਦਰ ਪੰਛੀ ਤੱਕ ਦਾ ਸਫ਼ਰ ਕਿਵੇਂ ਤੈਅ ਹੋਇਆ ਕਿਹਨੇ ਇਹ ਨਾਂ ਰੱਖਿਆ ਕੀ ਕਾਰਨ ਸੀ ਕਿ ਉੱਡਦੇ ਬਹੁਤ ਸੀ ਉਡਾਰੀਆਂ ਬਹੁਤ ਲਾਉਂਦੇ ਸੀ ਕੀ ਕਾਰਨ ਕੀ ਸੀ ਸੁਖਵਿੰਦਰ ਦੇ ਨਾਲ ਪੰਛੀ ਲੱਗਿਆ ਇਹ ਗੱਲ ਸਾਬ ਮੇਰੇ ਉਸਤਾਦ ਜੀ ਸਵਰਗੀ ਕਲੀਆਂ ਦੇ ਬਾਦਸ਼ਾਹ ਜਨਾਬ ਸ਼੍ਰੀ ਕੁਲਦੀਪ ਮਾਨਕ ਜੀ ਮੇਰੇ ਗੁਰੂ ਜੀ ਉਹਨਾਂ ਨੇ ਮੇਰਾ ਨਾਂ ਰੱਖਿਆ ਕੀ ਤੁਹਾਨੂੰ ਲੱਗਦਾ ਹੈ ਮਾਨਕ ਸਾਹਿਬ ਦੇ ਜਾਣ ਤੋਂ ਬਾਅਦ ਕੋਈ ਉਹਨਾਂ ਦੇ ਉਹਨਾਂ ਦੇ ਚੇਲੇ ਬਹੁਤ ਆ ਮਾਨਕ ਸਾਹਿਬ ਦੇ ਗੋਡੀ ਹੱਥ ਲਾਣ ਵਾਲੇ ਬਹੁਤ ਸੀ ਉਹਨਾਂ ਦੇ ਨਾਂ ਨੂੰ ਯੂਜ਼ ਕਰਨ ਵਾਲੇ ਬਹੁਤ ਸੀ ਹੈ ਨਾ ਕੀ ਤੁਸੀਂ ਮੰਨਦੇ ਹੋ ਉਹਨਾਂ ਦੇ ਪਰਿਵਾਰ ਦੇ ਨਾਲ ਕਿਹੜੇ ਕਿਹੜੇ ਸ਼ਗਿਰਦ ਆ ਜਿਹੜੇ ਖੜੇ ਆ ਤੇ ਕਿਹੜੇ ਕਿਹੜੇ ਆ ਜਿਹੜੇ ਭੱਜ ਗਏ ਆ ਗੱਲ ਇਸ ਤਰ੍ਹਾਂ ਵੀ ਜਦੋਂ ਬੰਦਾ ਗੱਲ ਸਾਹਿਬ ਜਿਉਂਦਾ ਹੁੰਦਾ ਹੁੰਦਾ ਨਾ ਉਦੋਂ ਲੋਕਾਂ ਦੇ 뷰 ਹੋਰ ਹੁੰਦੇ ਆ ਜਦੋਂ ਬੰਦਾ ਤੁਰ ਜਾਂਦਾ ਦੁਨੀਆ ਤੋਂ ਉਹਦੇ 뷰 ਘਟਦੇ ਨੇ ਇਹ ਗਾਣਿਆਂ ਦੇ ਵਿੱਚ ਨਸ਼ੇ ਪ੍ਰਮੋਟ ਕਰਦੇ ਆ ਹਥਿਆਰ ਪ੍ਰਮੋਟ ਕਰਦੇ ਆ ਓ ਇਦਾਂ ਗੈਂਗਸਟਰ ਜਿਦਾਂ ਅਜੇ ਗੈਂਗਸਟਰ ਲਾਂਚ ਹੁੰਦੇ ਆਪਣੇ ਆਪ ਨੂੰ ਵੀ ਉਹ ਇਦਾਂ ਕਿ ਲੋਕੀ ਰਿਸਕ ਕਰਦੇ ਨਾ ਜੀ ਉਹਦੇ ਨਾਲ ਫੇ ਉਹਨਾਂ ਤੇ ਕੇਸ ਪੈ ਜਾਂਦਾ ਵਿਚਾਰੇ ਇਹ ਤਾਂ ਗੀਤ ਦੇ ਵਿੱਚ 2 ਮਿੰਟ ਦਿਖਾ ਕੇ ਲੋਕਾਂ ਨੂੰ ਪਾਸੇ ਹੋ ਜਾਂਦੇ ਆ ਇਹਨਾਂ ਨੂੰ ਆਪੇ ਸੋਚਣਾ ਚਾਹੀਦਾ ਕਿ ਆਉਣ ਵਾਲੇ ਭਵਿੱਖ ਸਾਡਾ ਜੇ ਸਾਡਾ ਨੁਕਸਾਨ ਨਹੀਂ ਇਹਨਾਂ ਦੇ ਬੱਚਿਆਂ ਦਾ ਨੁਕਸਾਨ ਜ਼ਰੂਰ ਹੋਊਗਾ ਜੇ ਕੋਈ ਚੰਗੀ ਯਾਦ ਨਹੀਂ ਛੱਡ ਕੇ ਜਾਣਗੇ ਲੋਕ ਇਹਨਾਂ ਨੂੰ ਯਾਦ ਨਹੀਂ ਕਰਨਗੇ ਗਾਲਾਂ ਕੱਢੇਗਾ ਗਾਲੇ ਤਾਂ ਵੀ ਅੱਜਕੱਲ ਜਿਹੜੇ ਗਾਉਣ ਵਾਲੇ ਆ ਇੱਕ ਤਾਂ ਇਹ ਪੈਸਾ ਜ਼ਿਆਦਾ ਲਾਉਂਦੇ ਆ ਜ਼ਮੀਨਾਂ ਵੇਚ ਕੇ ਆਉਂਦੇ ਆ ਮਾਰਕੀਟ ਵਿੱਚ ਕਈਆਂ ਤੇ ਸਿਰ ਤਾਂ ਬੜਾ ਕਰਜ਼ਾ ਚੜਿਆ ਰਿਹਾ ਰਿਹਾ ਸੱਚੀ ਗੱਲ ਆ ਇਹ ਕੋਈ ਦੱਸੇ ਜਾਂ ਨਾ ਦੱਸੇ ਮੈਂ ਹਰ ਬੰਦੇ ਦੇ ਕੰਮ ਆਇਆ ਪਰ ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰੇ ਕੋਈ ਕੰਮ ਨਹੀਂ ਆਇਆ ਇਸੇ ਕਰਕੇ ਨਾ ਤਾਂ ਮੇਰੀ ਕਿਸੇ ਗੋਣ ਵਾਲੇ ਨਾਲ ਬਣਦੀ ਹੈ ਮੇਰੀ ਕਿਸੇ ਨਾਲ ਬੜੀ ਦੋਸਤੀ ਨਹੀਂ ਹੈ ਕਿ ਮੈਂ ਝੂਠ ਨਹੀਂ ਬੋਲਦਾ ਆ ਬਿਸ਼ਾਰੀ ਜਾ ਕੇ ਦੁੱਖ ਨੇ ਡੱਬਸਣਾ ਅਸਾਂ ਭੜਿਆ ਬੇ ਦੁੱਖ ਕਿਨੂੰ ਦੱਸਣਾ ਬੇ ਦੁੱਖ ਤੇ ਕਿਨੂੰ ਦੱਸਣਾ ਘਰੋ ਕਰੀ ਬੇਖ ਪੰਛੀ ਗੱਲਾਂ ਹੁੰਦੀਆਂ ਦਿਲ ਬੱਟੇ ਦੇਵੇ ਪਹਿੜਾ ਛੱਲੇ ਮੁੰਤियां ਨਹੀਂ ਦੇਵੇ ਛੱਲੇ ਮੁੰਦियां ਨਹੀਂ ਦੇਵੇ ਛੱਲੇ ਮੁੰਦियां ਛੱਲੇ ਮੁੰਦियां ਨਾਲ ਦੀ ਇੱਕ ਫਿਲਮ ਵੀ ਆ ਰਹੀ ਆ ਬਿਲਕੁਲ ਔਰ ਦੋ ਪੰਜਾਬ ਦੇ ਵੱਡੇ ਅੱਜ ਦੇ ਨਾਮ ਆ ਜਿਹੜੇ ਪੰਜਾਬੀ ਗਾਇਕੀ ਦੋ ਦੇ ਵਿੱਚ ਐਜ਼ ਅ ਹੀਰੋ ਵੀ ਆ ਰਹੇ ਆ ਕੀ ਉਹ ਗੀਤ ਤੁਹਾਡੇ ਵਾਲਾ ਯੂਜ਼ ਹੋਇਆ ਉਹ ਨਾਂ ਤੁਹਾਡੇ ਵਾਲਾ ਯੂਜ਼ ਹੋਇਆ ਤੇ ਉਹਨਾਂ ਨੇ ਤੁਹਾਡੇ ਤੋਂ ਕੋਈ ਪਰਮਿਸ਼ਨ ਲਈ ਮੇਰਾ ਉਹਨਾਂ ਨੇ ਗੀਤ ਵੀ ਚੱਕਿਆ ਕਲਵਿੰਦਰ ਬਿੱਲੇ ਨੇ ਔਰ ਐਮੀ ਬਿਰਕ ਨੇ ਉਹਨਾਂ ਦੀ ਸਾਰੀ ਟੀਮ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਪ੍ਰੋਡੂਸਰ ਤੇ ਡਾਇਰੈਕਟਰ ਤੇ ਜਿੰਨੀ ਦੇਰ ਮੇਨਾ ਫੈਸਲਾ ਨਹੀਂ ਕਰਦੇ ਓਨੀ ਦੇਰ ਸਖਬੰਦਰ ਪੰਛੀ ਛੱਲੇ ਮੁੰਡੀਆਂ ਫਿਲਮ ਨਹੀਂ ਲੱਗਣ ਦਊਗਾ ਰੂਬਰੂ ਦੇ ਪ੍ਰਯੋਜਕ ਖਾਨ ਏ ਆਰ ਹੈਲਪਿੰਗ ਹੈਂਡਸ ਤੋਂ ਬਿੱਟੂ ਸਪੀਡੋ ਟਿਪ ਪਵਾਰ ਬ੍ਰਦਰਸ ਤੋਂ ਹੈਰੀ ਪਵਾਰ ਤੇ ਰਾਜ ਪਵਾਰ ਪ੍ਰੋਗਰਾਮ ਰੂਬਰੂ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਜਿਹੇ ਪੰਜਾਬੀ ਕਲਾਕਾਰ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਿਹਦਾ ਨਾਂ ਤਾਂ ਪੰਛੀ ਐ ਪਰ ਉਹ ਉੱਡਦਾ ਨਹੀਂ ਉਹ ਸੁਰਾਂ ਦੀ ਪਰਵਾਜ਼ ਕਰਦਾ ਹੈ ਕਦੇ ਛੱਲੇ ਮੁੰਡੀਆਂ ਦੀ ਗੱਲ ਕਰਦਾ ਹੈ ਕਦੇ ਮਿੱਠੇ ਲਾਰਿਆਂ ਦੀ ਗੱਲ ਕਰਦਾ ਆਓ ਤੁਹਾਨੂੰ ਮਿਲਾਉਨੇ ਆਂ ਬਾਈ ਸੁਖਵਿੰਦਰ ਪੰਚੀ ਹੁਣਾ ਦੇ ਨਾਲ ਪੰਚੀ ਸਾਹਿਬ ਸਵਾਗਤ ਆ ਸਾਡੇ ਪ੍ਰੋਗਰਾਮ ਰੂਬਰੂ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਗਿਲ ਸਾਹਿਬ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜਿੱਥੇ ਵੀ ਬੈਠੇ ਹੋ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਔਰ ਮੈਂ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਮੈਨੂੰ ਆਪਣੇ ਰੂਬਰੂ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਰੂਬਰੂ ਕਰਨ ਦਾ ਪ੍ਰਾਰਲਾ ਕੀਤਾ ਧੰਨਵਾਦ ਸੋ ਪੰਚੀ ਸਾਹਿਬ ਜਦੋਂ ਵੀ ਸੁਖਵਿੰਦਰ ਪੰਚੀ ਦੀ ਗੱਲ ਹੁੰਦੀ ਹੈ ਤਾਂ ਹਰੇਕ ਦਾ ਪਹਿਲਾ ਹੀ ਸਵਾਲ ਇਹ ਹੁੰਦਾ ਹੈ ਵੀ ਸੁਖਵਿੰਦਰ ਸਿੰਘ ਤੋਂ ਸੁਖਵਿੰਦਰ ਪੰਚੀ ਤੱਕ ਦਾ ਸਫ਼ਰ ਕਿਵੇਂ ਤੈਅ ਹੋਇਆ ਕਿਹਨੇ ਇਹ ਨਾਂ ਰੱਖਿਆ ਕੀ ਕਾਰਨ ਸੀ ਕਿ ਉੱਡਦੇ ਬਹੁਤ ਸੀ ਉਡਾਰੀਆਂ ਬਹੁਤ ਲਾਉਂਦੇ ਸੀ ਕੀ ਕਾਰਨ ਕੀ ਸੀ ਸੁਖਵਿੰਦਰ ਦੇ ਨਾਲ ਪੰਚੀ ਲੱਗਿਆ ਇਹ ਗੱਲ ਸਾਹਿਬ ਮੇਰੇ ਉਸਤਾਦ ਜੀ ਸਵਰਗੀ ਕਲੀਆਂ ਦੇ ਬਾਦਸ਼ਾਹ ਲੋਗ ਥਾਮਾ ਦੇ ਬਾਦਸ਼ਾਹ ਪੰਜਾਬੀ ਦੇ ਉਹ ਮਹਾਨ ਗਾਇਕ ਜਨਾਬ ਸ਼੍ਰੀ ਕੁਲਦੀਪ ਮਾਨਕ ਜੀ ਮੇਰੇ ਗੁਰੂ ਜੀ ਉਹਨਾਂ ਨੇ ਮੇਰਾ ਨਾਮ ਰੱਖਿਆ ਜਦ ਮੈਂ ਉਹਨਾਂ ਦੇ ਨਾਲ ਛੋਟਾ ਜਿਹਾ ਹੁੰਦਾ ਰਲਿਆ ਲੁਧਿਆਣੇ ਗਿਆ ਤੇ ਮੈਂ ਜਿਹੜਾ ਵੀ ਕੰਮ ਕਰਕੇ ਆਉਣਾ ਮੈਂ ਜਲਦੀ ਆ ਜਾਣਾ ਤੇ ਮੈਨੂੰ ਕਹਿੰਦੇ ਯਾਰ ਤੂੰ ਜਲਦੀ ਆ ਜੰਨਾ ਮੈਂ ਕਿਹਾ ਜੀ ਫੇਰ ਕਹਿੰਦੇ ਤੇਰਾ ਨਾਮ ਪੰਛੀ ਰੱਖ ਦੇਣਾ ਉਹਨਾਂ ਨੇ ਮੇਰਾ ਨਾਮ ਰੱਖਿਆ ਤੇ ਮੈਨੂੰ ਮਾਣ ਸ਼੍ਰੀ ਕੁਲਦੀਪ ਮਾਨਕ ਜੀ ਨੇ ਮੇਰਾ ਨਾਮ ਰੱਖਿਆ ਸੋ ਉਸ ਤੋਂ ਬਾਅਦ ਸੁਖਵਿੰਦਰ ਪੰਛੀ ਨੇ ਸਾਰੀ ਦੁਨੀਆ ਦੇ ਵਿੱਚ ਉਡਾਰੀਆਂ ਲਾਈਆਂ ਹਰ ਇੱਕ ਇੱਥੇ ਘੁੰਮੇ ਫਿਰੇ ਹਨ ਤੇ ਇਹ ਦੱਸਿਓ ਵੀ ਜਿਵੇਂ ਤੁਸੀਂ ਉਸਤਾਦ ਦੀ ਗੱਲ ਕੀਤੀ ਐ ਉਸਤਾਦ ਅੱਜ ਕੱਲ ਕਲਾਕਾਰ ਬੜੇ ਘੱਟ ਧਾਰਦੇ ਆ ਉਹ ਕਹਿੰਦੇ ਅਸੀਂ ਤਾਂ ਆਪ ਹੀ ਉਸਤਾਦ ਹੁੰਨੇ ਆ ਸਾਨੂੰ ਤਾਂ ਆਪ ਹੀ ਗੋਡ ਗਿਫਟ ਉਤੋਂ ਹੀ ਆਮਦ ਹੋ ਜਾਂਦੀ ਹੈ ਹਨਾ ਕੀ ਤੁਸੀਂ ਮੰਨਦੇ ਹੋ ਕਿ ਕਲਾਕਾਰ ਨੂੰ ਨਿਖਾਰਨ ਦੇ ਵਿੱਚ ਉਸਤਾਦ ਦਾ ਕੀ ਰੋਲ ਹੁੰਦਾ ਦੇਖੋ ਜੀ ਗੋਡ ਗਿਫਟ ਹੋਣਾ ਵੱਖਰੀ ਗੱਲ ਹੈ ਉਹ ਬਹੁਤ ਜ਼ਰੂਰੀ ਆ ਗੋਡ ਗਿਫਟ ਕਿਸੇ ਦਾ ਗਾਲਾ ਕੰਮ ਕਰਦਾ ਜਾਂ ਉਹਦੇ ਵਿੱਚ ਕੋਈ ਕਲਾ ਹੈ ਉਹ ਬਖਸ਼ਿਸ਼ ਕੀਤੀ ਪ੍ਰਮਾਤਮਾ ਨੇ ਪਰ ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਗੁਰੂ ਕੋਈ ਉਸਤਾਦ ਤੇ ਬਹੁਤ ਜ਼ਰੂਰੀ ਆ ਜੇ ਆਪਾਂ ਗੁਰੂ ਨਹੀਂ ਧਾਰਦੇ ਤੇ ਸੈਣ ਕਹਿੰਦੇ ਵੀ ਗੁਰੂ ਬਿਨਾ ਗਿਆਨ ਨਹੀਂ ਤੇ ਜੇ ਆਪਾਂ ਨੂੰ ਗਿਆਨ ਹੀ ਨਾ ਹੋਇਆ ਕਿਸੇ ਚੀਜ਼ ਦਾ ਆਪਣੇ ਦੀਵਾ ਅੰਦਰ ਹੁੰਦਾ ਦੀਵੇ ਦੇ ਵਿੱਚ ਤੇਲ ਹੁੰਦਾ ਆ ਪਰ ਉਹਨੂੰ ਜਗਾਉਣ ਵਾਲਾ ਕੋਈ ਚਾਹੀਦਾ ਨਾ ਤੇ ਜੇ ਜਗੂਗਾ ਤਾਂ ਲੋ ਹੋਊਗੇ ਨਾ ਤੇ ਨਹੀਂ ਤਾਂ ਲੋ ਨਹੀਂ ਹੋਣੀ ਤੇ ਇਸ ਕਰਕੇ ਅੱਜ ਕੱਲ ਦੇ ਜਿਹੜੇ ਗਉਣ ਵਾਲੇ ਆ ਗੱਲ ਸਾਹਿਬ ਉਹ ਕਹਿੰਦੇ ਵੀ ਸਾਡਾ ਗੁਰੂ ਤੇ ਕੰਪਿਊਟਰ ਹੀ ਆ ਤੇ ਗੀਤਕਾਰ ਨੇ ਗਾਣਾ ਲਿਖਤਾ ਮਿਊਜ਼ਿਕ ਡਾਇਰੈਕਟਰ ਨੇ ਮਿਊਜ਼ਿਕ ਦੇਤਾ ਵੀਡੀਓ ਡਾਇਰੈਕਟਰ ਨੇ ਵੀਡੀਓ ਬਣਾਤਾ ਐਡ ਅਸੀਂ ਪੱਲਿਓ ਪੈਸੇ ਦੇ ਕੇ ਕਰ ਲੈਣੀ ਆ ਵੀਓ ਅਸੀਂ ਜਿੰਨੇ ਮਰਜ਼ੀ ਕਰ ਲਈਏ ਜਾਂ ਨਕਲੀ ਕਰ ਲਈਏ ਜਾਂ ਅਸਲੀ ਕਰ ਲਈਏ ਤੇ ਅੱਜ ਕੱਲ੍ਹ ਉਸਤਾਦਾਂ ਦੀ ਜਿਹੜੀ ਆ ਕਦਰ ਜਿਹੜੀ ਉਹ ਘਟ ਗਈ ਇਸ ਕਰਕੇ ਵੀ ਜਿਹੜਾ ਅੱਜ ਕੱਲ ਦਾ ਬਹੁਤ ਦੌੜ ਲੱਗੀ ਆ ਲੋਕਾਂ ਨੂੰ ਵੀ ਰਾਤੋ ਰਾਤ ਸਟਾਰ ਬਣ ਜਾਈਏ ਫੇਮਸ ਹੋ ਜਾਈਏ ਅਸੀਂ ਉਹਦੇ ਵਿੱਚ ਗੁਰੂ ਨੂੰ ਪਿੱਛੇ ਛੱਡ ਕੇ ਅੱਗੇ ਨਹੀਂ ਜਾ ਸਕਦਾ ਕੋਈ ਵੀ ਉਹ ਰਹਿ ਵੀ ਉੱਥੇ ਕਿ ਜਾਂਦੇ ਆ ਅਸੀਂ ਆਪਣੇ ਉਸਤਾਦਾਂ ਦੇ ਨਾਲ ਰਹੇ ਆ 9 9 10 10 ਸਾਲ ਆ ਹੀ ਕੁੱਟ ਵੀ ਖਾਧੀ ਸਟੇਜਾਂ ਤੇ ਥੱਪੜ ਵੀ ਖਾਦੇ ਸਟੇਜਾਂ ਦੇ ਉੱਤੇ ਦਬਕੇ ਵੀ ਮਾਰੇ ਉਸਤਾਦਾਂ ਨੇ ਸਾਨੂੰ ਪਰਖਿਆ ਵੀ ਕਈ ਵਾਰੀ ਝਟਕਿਆ ਵੀ ਮਾਰਿਆ ਵੀ ਔਰ ਅਸੀਂ ਹਰ ਇਮਤਿਹਾਨ ਦੇ ਵਿੱਚੋਂ ਪਾਸ ਵੀ ਹੋਏ ਤੇ ਅਸੀਂ ਕਿਸੇ ਮੰਜ਼ਲ ਤੇ ਵੀ ਪਹੁੰਚੇ ਅੱਜ 31 ਸਾਲ ਹੋ ਗਿਆ ਮੇਰਾ ਗਾਣਾ ਆਏ ਨੂੰ ਛੱਲੇ ਮੁੰਡੀਆਂ ਦਿਲ ਬੱਟੇ ਦੇਵੇ ਪੜਾ ਛੱਲੇ ਮੁੰਡੀਆਂ ਤੇ ਲੋਕੇ ਅੱਜ ਵੀ ਮੈਨੂੰ ਯਾਦ ਕਰਦੇ ਆ ਤੇ ਅੱਜ ਵੀ ਮੈਨੂੰ ਸੁਣੋਤੇ ਹੋਣੇ ਮਾਣ ਦਿੰਦੇ ਜਿੰਨਾ ਪਹਿਲਾਂ ਦਿੰਦੇ ਸੀ ਇਸ ਕਰਕੇ ਕਿਉਂਕਿ ਸਾਡੇ ਗੁਰੂਆਂ ਦੀ ਬਦੌਲਤ ਉਹਨਾਂ ਦਾ ਅਸੀਂ ਅਸ਼ੀਰਵਾਦ ਲਿਆ ਆ ਅਸੀਂ ਸਿੱਖਿਆ ਗੁਰ ਗਿਆਨ ਲਿਆ ਕਰਕੇ ਤਾਂ ਹੀ ਸਾਡਾ ਐਕਸਪੀਰੀਅੰਸ ਜ਼ਿੰਦਗੀ ਦਾ ਤੇ ਹਜੇ ਵੀ ਸਿੱਖੀ ਜਾਣੀ ਏ ਅਸੀਂ ਬਿਲਕੁਲ ਬਿਲਕੁਲ ਸੋ ਤੁਸੀਂ ਨਵੇਂ ਕਲਾਕਾਰਾਂ ਦੀ ਗੱਲ ਕੀਤੀ ਆ ਵਿਊਆਂ ਦੀ ਗੱਲ ਕੀਤੀ ਸਾਰੀਆਂ ਗੱਲਾਂ ਆਪਾਂ ਡਿਟੇਲ ਦੇ ਵਿੱਚ ਕਰਾਂਗੇ ਪਰ ਸਭ ਤੋਂ ਪਹਿਲਾਂ ਨਾ ਥੋੜਾ ਜਿਹਾ ਸੰਖੇਪ ਦੇ ਵਿੱਚ ਇਹ ਦੱਸਿਓ ਵੀ ਸ਼ੁਰੂਆਤ ਕਿੱਥੋਂ ਕੀਤੀ ਸੀ ਪਿੰਡ ਕਿਹੜਾ ਸੁਖਵਿੰਦਰ ਪੰਚੀ ਦਾ ਔਰ ਪਹਿਲਾ ਗੀਤ ਜਿਹੜਾ ਰਿਕਾਰਡ ਹੋਇਆ ਸੀ ਕਿੰਨਾ ਕੁ ਚਾ ਸੀ ਉਸ ਗੀਤ ਦਾ ਐ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਮੇਰਾ ਪਿੰਡ ਹੈ ਜ਼ਿਲ੍ਹਾ ਜਲੰਧਰ ਤਹਿਸੀਲ ਨਕੌਦਰ ਤੇ ਪਿੰਡ ਮੇਰਾ ਸਰੀ ਹੈ ਜੀ ਤੇ ਮੇਰਾ ਬਚਪਨ ਉਸ ਪਿੰਡ ਦੇ ਵਿੱਚ ਗੁਜ਼ਰਿਆ ਤੇ ਮੈਂ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚੋਂ ਪੈਦਾ ਹੋਇਆ ਤੇ ਜਦੋਂ ਬਨੇਰਿਆਂ ਤੇ ਵੱਜਦੇ ਰਿਕਾਰਡ ਬਾਪੂ ਲਾਲਚੰਦ ਜਮਲਾ ਜੱਟ ਜੀ ਮੁਹੰਮਦ ਸਦੀਕ ਸਾਹਿਬ ਭੈਣ ਜੀ ਰਣਜੀਤ ਕੌਰ ਜੀ ਸਰندر ਸ਼ੰਦਾ ਜੀ ਔਰ ਸ਼੍ਰੀ ਕੁਲਦੀਪ ਮਾਨਕ ਜੀ ਹੋਰ ਉਸ ਸਮੇਂ ਦੇ ਬਹੁਤ ਵੱਡੇ ਡਸਟਾਰ ਸਾਡੇ ਸੀਨੀਅਰ ਸਤਕਾਰਯੋਗ ਕਲਾਕਾਰ ਆ ਉਹਨਾਂ ਨੂੰ ਮੈਂ ਹਮੇਸ਼ਾ ਯਾਦ ਕਰਦਾ ਰਹਿਣਾ ਕਿਉਂਕਿ ਉਹਨਾਂ ਦੇ ਗੀਤ ਸੁਣ ਸੁਣ ਕੇ ਅਸੀਂ ਇੱਥੇ ਤੱਕ ਪਹੁੰਚੇ ਤੇ ਜੇ ਉਹ ਕਲਾਕਾਰਾਂ ਦੀ ਗਾਇਕੀ ਨੂੰ ਸੁਣ ਕੇ ਅਸੀਂ ਪ੍ਰਭਾਵਿਤ ਨਾ ਹੁੰਦੇ ਤੇ ਸ਼ਾਇਦ ਅਸੀਂ ਕਲਾਕਾਰ ਨਾ ਬਣਦੇ ਕਿਉਂਕਿ ਬਨੇਰਿਆਂ ਤੇ ਵੱਜਦੇ ਸਪੀਕਰਾਂ ਨੇ ਬਨੇਰਿਆਂ ਤੇ ਵੱਜਦੇ ਰਿਕਾਰਡਾਂ ਨੇ ਮੈਨੂੰ ਇੱਕ ਇਸ ਲਹਿਮ ਬਲ ਤੋਰਿਆ ਸਭ ਤੋਂ ਜ਼ਿਆਦਾ ਜਿਹੜਾ ਪ੍ਰਭਾਵ ਮੇਰੇ ਤੇ ਸ਼੍ਰੀ ਕੁਲਦੀਪ ਮਾਨਕ ਜੀ ਦਾ ਪਿਆ ਪਹਿਲਾ ਗੀਤ ਕਿਹੜਾ ਸੀ ਰਿਕਾਰਡ ਹੋਇਆ ਪਹਿਲਾ ਗੀਤ ਮੇਰਾ ਐ ਸ਼ਾਨ ਖਾਲਸੇ ਦੀ ਝਲਮਣ ਸਿੰਘ ਢੰਡਾ ਸਾਹਿਬ ਉਹਨਾਂ ਨੇ ਮੇਰੀ ਪੂਰੀ ਟੇਪ ਰਿਕਾਰਡ ਕਰਾਈ ਸੀਗੀ ਔਰ ਕਮਲੇਸ਼ ਰਾਣਾ ਜੀ ਬਿੰਡਲ ਵਾਲੇ ਉਹਨਾਂ ਦਾ ਗੀਤ ਸੀਗਾ ਭਾਬੀ ਤੋਂ ਪੱਕਦੀ ਨਾ ਜਾ ਕੇ ਪੱਕਿਆ ਹੀਰ ਦੀਆਂ ਖਾਲਾ ਸਾਡੀ ਕੈਸਟ ਆਈ ਸੀ ਲੋਕੋ ਇੱਜ਼ਤਾਂ ਬਚਾਓ ਟੀਐਮਸੀ ਦੇ ਵਿੱਚੋਂ ਹੂੰ ਉਹਦੇ ਵਿੱਚ ਮੇਰਾ ਪਹਿਲਾ ਗੀਤ ਸੀਗਾ ਫਿਰ ਮੇਰੀ ਟੇਪ ਝਲਮਣ ਸਿੰਘ ਢੰਡਾ ਜੀ ਨੇ ਕੀਤੀ ਸ਼ਾਨ ਖਾਲਸੇ ਦੀ ਉਹ ਬਹੁਤ ਟੇਪ ਚੱਲੀ ਇੰਗਲੈਂਡ ਦੇ ਵਿੱਚ ਫਿਰ ਇੱਕ ਉਹਨਾਂ ਨੇ ਕੀਤੀ ਮੇਰੀ ਸ਼ਹੀਦ ਉਦਮ ਸਿੰਘ ਤੇ ਫਿਰ ਉਸ ਤੋਂ ਬਾਅਦ ਮੇਰੀ ਕੈਸਟ ਆਈ ਵਿਆਹ ਤੋਂ ਪਹਿਲਾਂ ਕੌਣ ਜਿੰਨੜਾ ਹੁੰਦਾ ਹੈ ਕਰਬਾਲੀ ਦਾ ਕੇਆਰਸੀ ਕੰਪਨੀ ਚ ਫਿਰ ਉਸ ਤੋਂ ਬਾਅਦ ਮੇਰੀ ਚੌਥੀ ਟੇਪ ਆਈ ਦਿਲਵੱਟੇ ਦੇ ਵੇ ਪੜਾ ਛੱਲੇਬੰਦੀਆਂ ਛੱਲੇਬੰਦੀਆਂ ਤੋਂ ਸਟਾਰ ਬਣ ਗਿਆ ਉੱਥੋਂ ਉੱਥੋਂ ਫਿਰ ਜਿਹੜਾ ਸਫਰ ਆ ਉਹ ਪੰਛੀ ਵਾਕਈ ਫਿਰ ਉੱਡ ਕੇ ਦੂਜੀਆਂ ਕੰਟਰੀਆਂ ਦੇ ਵਿੱਚ ਸ਼ੋਅ ਲਾਉਣ ਚੱਲ ਗਿਆ ਹੈ ਨਾ ਸੋ ਪੰਛੀ ਭਾਈ ਉਸ ਗੀਤ ਦੀਆਂ ਦੋ ਲਾਈਨਾਂ ਗੁੰਗੁਣਾ ਕੇ ਕਿਉਂਕਿ ਹਰ ਕਲਾਕਾਰ ਦੇ ਨਾ ਅ ਕੈਰੀਅਰ ਦੇ ਵਿੱਚ ਇੱਕ ਅਦਾ ਗੀਤ ਮੇਲ ਫੱਤਰ ਹੁੰਦਾ ਤੇ ਮੈਨੂੰ ਲੱਗਦਾ ਤੁਹਾਡੇ ਕੈਰੀਅਰ ਦੇ ਵਿੱਚ ਛੱਲੇ ਮੁੰਦੀਆਂ ਉਹਦੀਆਂ ਦੋ ਲਾਈਨਾਂ गा ਕੇ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਸ਼ਾਰੀ ਭਾਜੀ ਸ਼ਾਰੀ ਬੋਲ ਸਾਹਿਬ ਔਰ ਕੈਟਰ ਕੰਪਨੀ ਦੇ ਮਾਲਕ ਕੈਟਰ ਗੌਰਵ ਭਾਜੀ ਔਰ ਸੰਗੀਤਕਾਰ ਬਰਿੰਦਰ ਬਚਨ ਜੀ ਜੋ ਸਾਡੇ ਵਿੱਚ ਅੱਜ ਨਾ ਨਹੀਂ ਰਹੇ ਮੈਂ ਉਹਨਾਂ ਨੂੰ ਇਹ ਦੋ ਲੈਣਾ ਸ਼ਰਦਾ ਦੇ ਫੁੱਲ ਭੇਟ ਕਰਦਾ ਕਿਉਂਕਿ ਉਹਨਾਂ ਨੇ ਸੰਗੀਤ ਦਿੱਤਾ ਇਸ ਗਾਣੇ ਦਾ ਚਲੋ ਪੇਸ਼ ਕਰਾਂ ਜੀ ਓ ਵੇਖੋ ਨੀ ਵੇਖੋ ਨੀ ਮੁੰਡਾ ਹੋ ਗਿਆ ਸ਼ਦਾਈ ਕਹਿੰਦਾ ਮੈਂ ਕਰੂੰਗਾ ਨੀ ਹਿਸਾਬ ਪਾਈ ਪਾਈ ਦੱਸੂੰਗਾ ਮੁਹੱਬਤਾਂ ਮੈਂ ਕਿੰਜੇ ਹੁੰਦੀਆਂ ਦਿਲ ਬੱਟੇ ਦੇਵੇ ਪਹਿੜਾ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਨੀ ਦੇਵੇ ਛੱਲੇ ਮੁੰਦੀਆਂ ਆਪ ਸ਼ਾਰੀ ਜਾ ਕੇ ਤੂੰ ਕਿਨੇ ਡੱਬਸਣਾ ਅਸਾਂ ਪਹਿੜਿਆ ਬੇਦੁਖ ਕਿਨੂੰ ਦੱਸਣਾ ਬੇਦੁਖ ਕਿਨੂੰ ਦੱਸਣਾ ਘਰੁ ਕਰੀ ਬੇਖ ਪੰਛੀ ਗੱਲਾਂ ਹੁੰਦੀਆਂ ਦਿਲ ਬੱਟੇ ਦੇਵੇ ਪਹਿੜਾ ਛੱਲੇ ਮੁੰਦੀਆਂ ਨਹੀਂ ਦੇਵੇ ਛੱਲੇ ਮੁੰਦੀਆਂ ਨਹੀਂ ਦੇਵੇ ਛੱਲੇ ਮੁੰਦੀਆਂ ਮੈਨੂੰ ਪਤਾ ਲੱਗਿਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਛੱਲੇ ਮੁੰਦੀਆਂ ਨਾਂ ਦੀ ਇੱਕ ਫਿਲਮ ਵੀ ਆ ਰਹੀ ਆ ਬਿਲਕੁਲ ਔਰ ਦੋ ਪੰਜਾਬ ਦੇ ਵੱਡੇ ਅੱਜ ਦੇ ਨਾਮ ਆ ਜਿਹੜੇ ਪੰਜਾਬੀ ਗਾਇਕੀ ਦੇ ਉਹਦੇ ਵਿੱਚ ਐਜ਼ ਅ ਹੀਰੋ ਵੀ ਆ ਰਹੇ ਆ ਕੀ ਉਹ ਗੀਤ ਤੁਹਾਡੇ ਵਾਲਾ ਯੂਜ਼ ਹੋਇਆ ਉਹ ਨਾਂ ਤੁਹਾਡੇ ਵਾਲਾ ਯੂਜ਼ ਹੋਇਆ ਤੇ ਉਹਨਾਂ ਨੇ ਤੁਹਾਡੇ ਤੋਂ ਕੋਈ ਪਰਮਿਸ਼ਨ ਲਈ ਗਿੱਲ ਸਾਬ ਮੇਰਾ ਉਹਨਾਂ ਨੇ ਗੀਤ ਵੀ ਚੱਕਿਆ ਕੁਲਵਿੰਦਰ ਬਿੱਲੇ ਨੇ ਔਰ ਐਮੀ ਬਿਰਕ ਨੇ ਉਹਨਾਂ ਦੀ ਸਾਰੀ ਟੀਮ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਪ੍ਰੋਡੂਸਰ ਤੇ ਡਾਇਰੈਕਟਰ ਤੇ ਜਿੰਨੀ ਦੇਰ ਮੇਨਾ ਫੈਸਲਾ ਨਹੀਂ ਕਰਦੇ ਉਨੀ ਦੇਰ ਸੁਖਵਿੰਦਰ ਪੰਚੀ ਛੱਲੇ ਮੁੰਦੀਆਂ ਫਿਲਮ ਨਹੀਂ ਲੱਗਣ ਦਊਗਾ ਕਿਉਂਕਿ ਮੇਰੇ ਕੋਲ ਕਾਪੀਰਾਈਟ ਸ਼ਾਰੀ ਬੋਲ ਭਾਜੀ ਦੇ 89 ਦੇ ਹੈਗੇ ਆ ਤੇ ਕੈਟਰ ਕੰਪਨੀ ਸਾਡੀ ਆਪਣੀ ਕੰਪਨੀ ਗੌਰਵ ਭਾਜੀ ਉਹ ਵੀ ਮੇਰੇ ਨਾਲ ਹੈ ਤੇ ਉਹਨਾਂ ਨੂੰ ਕੋਈ ਹੋਰ 뮤직 ਡਾਇਰੈਕਟਰ ਕਹੀ ਜਾਂਦਾ ਕਿ ਮੇਰੇ ਕੋਲ ਕਾਪੀਰਾਈਟ ਆ ਇਹ ਗਾਣਾ ਛੱਲੇ ਮੁੰਦੀਆਂ ਜਿਹੜਾ ਸੁਖਵਿੰਦਰ ਪੰਚੀ ਨੇ ਗਾਇਆ ਮੇਰੇ ਤੋਂ ਬਾਅਦ ਕਈ ਕਲਾਕਾਰਾਂ ਨੇ ਗਾਇਆ ਪਰ ਉਹਨਾਂ ਨੇ ਸ਼ਾਰੀ ਭਾਜੀ ਦੀ ਪਰਮਿਸ਼ਨ ਨਹੀਂ ਲਈ ਮੇਰ ਕੋ ਫੁੱਲ ਅਧਿਕਾਰ ਫੁੱਲ ਰਾਈਟ ਹੈ ਗਾਣੇ ਦੇ ਤੇ ਮੈਂ ਛੱਲੇ ਮੁੰਦੀਆਂ ਫਿਲਮ ਰਿਲੀਜ਼ ਨਹੀਂ ਹੋਣ ਦਾ ਮਗਾ ਮੈਂ ਇਹ ਵਾਦੇ ਨਾਲ ਔਰ ਦਾਅਵੇ ਨਾਲ ਕਹਿਣਾ ਕਿਉਂਕਿ ਮੇਰਾ ਆਪਣਾ ਗੀਤ ਆ ਮੈਂ ਇਸ ਗੀਤ ਦੇ ਉੱਤੇ ਕਿੰਨੀ ਮਿਹਨਤ ਕੀਤੀ ਦੁਨੀਆ ਗਵਾਹ ਆ ਕਿ ਛੱਲੇ ਮੁੰਦੀਆਂ ਗੀਤ ਸੁਖਵਿੰਦਰ ਪੰਚੀ ਦਾ ਦੋਸਤੋ ਜੇ ਤੁਸੀਂ ਕਲਾਕਾਰਾਂ ਨੂੰ ਵਾਕਿਆ ਹੀ ਪਿਆਰ ਕਰਦੇ ਹੋ ਤੇ ਇਸ ਇੰਟਰਵਿਊ ਦੇ ਥੱਲੇ ਜ਼ਰੂਰ ਲਿਖਣਾ ਵੀ ਇਹ ਸੁਖਵਿੰਦਰ ਪੰਚੀ ਦਾ ਗੀਤ ਆ ਜਾਂ ਕਲਵਿੰਦਰ ਬਿੱਲੇ ਜਾਂ ਐਮੀ ਬਰਕ ਦਾ ਗੀਤ ਆ ਐਮੀ ਬਰਕ ਤੇ ਕਲਵਿੰਦਰ ਬਿੱਲਾ ਤੋਂ ਉਸ ਵੇਲੇ ਮੇਰਾ ਖਿਆਲ ਆ ਵੀ ਗੌਣਵੇਂ ਲੱਗੇ ਹੋਣੇ ਗੌਣਾ ਤਾਂ ਬਾਅਦ ਦੀ ਗੱਲ ਹੈ ਮੈਨੂੰ ਤਾਂ ਲੱਗਦਾ ਵੀ ਪੈਦਾ ਵੀ ਨਹੀਂ ਹੋਏ ਹੋਣੇ 31 ਸਾਲ ਪਹਿਲਾਂ ਤੇ ਮੈਂ ਇਸ ਗੱਲ ਦੇ ਉੱਤੇ ਪੂਰਾ ਪੈਰਾ ਦਊਂਗਾ ਮੈਨੂੰ ਜਿੱਥੇ ਮਰਜ਼ੀ ਜਾਣਾ ਪਵੇ ਜੋ ਮਰਜ਼ੀ ਕਰਨਾ ਪਵੇ ਮੈਂ ਪੂਰੀ ਬੱਲੇ ਬੱਲੇ ਕਰਾ ਕੇ ਹਟੂੰਗਾ ਛੱਲੇ ਮੁੰਡੀਆਂ ਜਾਦਾ ਟਾਈਟਲ ਚੇਂਜ ਕਰਨਗੇ ਜਾਂ ਫਿਲਮ ਚੋਂ ਗਾਣਾ ਕੱਢਣਗੇ ਜਾਂ ਰੀਲੀਜ਼ ਕਰਨਾ ਜੇ ਨਹੀਂ ਕਰਨਾ ਤੇ ਸੁਖਵਿੰਦਰ ਪਾਂਚੀ ਨਾਲ ਆ ਕੇ ਗੱਲ ਜ਼ਰੂਰ ਕਰਨਗੇ ਜਿਵੇਂ ਤੁਸੀਂ ਮਾਨਕ ਸਾਹਿਬ ਦੀ ਗੱਲ ਕੀਤੀ ਸੀ ਹਣਾ ਜੀ ਕੀ ਤੁਹਾਨੂੰ ਲੱਗਦਾ ਹੈ ਮਾਨਕ ਸਾਹਿਬ ਦੇ ਜਾਣ ਤੋਂ ਬਾਅਦ ਉਗੀ ਉਹਨਾਂ ਦੇ ਉਹਨਾਂ ਦੇ ਚੇਲੇ ਬਹੁਤ ਆ ਮਾਨਕ ਸਾਹਿਬ ਦੇ ਗੋਡੀਆਂ ਥਲਾਨਣ ਵਾਲੇ ਬਹੁਤ ਸੀ ਉਹਨਾਂ ਦੇ ਨਾਂ ਨੂੰ ਯੂਜ਼ ਕਰਨ ਵਾਲੇ ਬਹੁਤ ਸੀ ਹਨ ਕੀ ਤੁਸੀਂ ਮੰਨਦੇ ਹੋ ਉਹਨਾਂ ਦੇ ਪਰਿਵਾਰ ਦੇ ਨਾਲ ਕਿਹੜੇ ਕਿਹੜੇ ਸ਼ਗਿਰਦ ਆ ਜਿਹੜੇ ਖੜੇ ਆ ਤੇ ਕਿਹੜੇ ਕਿਹੜੇ ਆ ਜਿਹੜੇ ਭੱਜ ਗਏ ਆ ਕਿਉਂਕਿ ਤੁਸੀਂ ਮੇਲਾ ਵੀ ਆਰਗੇਨਾਈਜ਼ ਕਰਦੇ ਹੋ ਹੋਰ ਵੀ ਕਈ ਕੰਮ ਆ ਜਿਹੜੇ ਪਰਿਵਾਰ ਦੇ ਨਾਲ ਤੁਸੀਂ ਰਲ ਕੇ ਕਰਦੇ ਹੋ ਉੱਥੇ ਸਾਡੀ ਭੈਣ ਸ਼ਕਤੀ ਮਾਨਕਾ ਉਹਨਾਂ ਦੇ ਨਾਲ ਵੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਹੈ ਨਾ ਕੀ ਤੁਸੀਂ ਮੰਨਦੇ ਹੋ ਵੀ ਕੀ ਉਹ ਉਸਤਾਦ ਉਸਤਾਦ ਦੇ ਨਾਲ ਸਾਰੇ ਸ਼ਗਿਰਦ ਉਸੇ ਤਰ੍ਹਾਂ ਅੱਜ ਪਰਿਵਾਰ ਦੇ ਨਾਲ ਖੜੇ ਆ ਕਿ ਨਹੀਂ ਗੱਲ ਇਸ ਤਰ੍ਹਾਂ ਵੀ ਜਦੋਂ ਬੰਦਾ ਗੱਲ ਸਾਹਿਬ ਜਿਉਂਦਾ ਹੁੰਦਾ ਹੁੰਦਾ ਨਾ ਉਦੋਂ ਲੋਕਾਂ ਦੇ ਵਿਊ ਹੋਰ ਹੁੰਦੇ ਆ ਜਦੋਂ ਬੰਦਾ ਤੁਰ ਜਾਂਦਾ ਦੁਨੀਆ ਤੋਂ ਉਹਦੇ ਵਿਊ ਹੋਰ ਹੁੰਦੇ ਆ ਪਰ ਜਦੋਂ ਬੰਦਾ ਤੁਰ ਜਾਂਦਾ ਤੇ ਜਿਹੜੇ ਹੋਰ ਜਿਹੜੇ ਨਾਲ ਦੇ ਚੇਲੇ ਬਾਲਕੇ ਹੁੰਦੇ ਆ ਜਾਂ ਜਿਹੜੇ ਬਾਲੇ ਆਪਣੇ ਆਪ ਨੂੰ ਕਹਿੰਦੇ ਮੈਂ ਕਲੋਜ ਆ ਉਹ ਹੌਲੀ ਹੌਲੀ ਪਿੱਛੇ ਹੋ ਜਾਂਦੇ ਆ ਪਤਾ ਨਹੀਂ ਕਿਉਂ ਤੇ ਕਾਤੇ ਪਰ ਮੈਂ ਤੇ ਜੱਤੋਂ ਉਹਨਾਂ ਨਾਲ ਜੁੜਿਆ ਆ ਤੇ ਅੱਜ ਤੱਕ ਨਾਲ ਹੀ ਉਹਨਾਂ ਦੇ ਤੇ ਮੈਂ ਤਾਂ ਬਾਲੇ ਮੇਲਿਆਂ ਤੇ ਪਹਿਲਾਂ ਨਹੀਂ ਗਿਆ ਉਸਤਾਜੀ ਦੇ ਕਿਉਂਕਿ ਬਾਹਰ ਸੀਗਾ ਮੈਂ ਫੇਰ ਜਦੋਂ ਮੈਂ ਆਇਆ ਫੇਰ ਮੈਨੂੰ ਬੀਬੀ ਜੀ ਨੇ ਸਰਬਜੀਤ ਕੌਰ ਮਾਨ ਆਪਣੇ ਉਹਨਾਂ ਨੇ ਮੈਨੂੰ ਸੱਦਿਆ ਤਾਂ ਫੇਰ ਮੇਲੇ ਤੇ ਗਿਆ ਮੈਂ ਹੁਣ ਮੈਂ ਉਹਨਾਂ ਦੇ ਨਾਲ ਲਗਾਤਾਰ ਜਿੱਥੇ ਮੈਨੂੰ ਬਾਜ ਮਾਰਦੇ ਵਿੱਚ ਚਲੇ ਜਾਣਾ ਜੀ ਤੇ ਬਾਕੀ ਸ਼ਗਿਰਦਾਂ ਨੂੰ ਵੀ ਚਾਹੀਦਾ ਆ ਵੀ ਜਿੱਦਾਂ ਪਹਿਲਾਂ ਸਾਹਦੰਦੇ ਗੁਰੂ ਜੀ ਦਾ ਉਦਾਂ ਹੀ ਅੱਜ ਵੀ ਦੇਣਾ ਚਾਹੀਦਾ ਦੰਦੇ ਕਿਉਂ ਨਹੀਂ ਇਹ ਜੀ ਹੁਣ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਜਾਂ ਪ੍ਰੋਬਲਮ ਹੋ ਸਕਦੀ ਹੈ ਤੇ ਪਰ ਇਹਦਾ ਕਰਨਾ ਨਹੀਂ ਚਾਹੀਦਾ ਤੇ ਪੰਚੀ ਭਾਈ ਇਹ ਦੱਸਿਓ ਵੀ ਕਲਾਕਾਰਾਂ ਦਾ ਫਿਊਚਰ ਕੀ ਤੁਹਾਨੂੰ ਲੱਗਦਾ ਵੀ ਧੁੰਦਲਾ ਪੰਜਾਬ ਦੇ ਵਿੱਚ ਜਿਵੇਂ ਮਾਨਕ ਸਿੰਘ ਸਾਹਿਬ ਦੇ ਆਪਾਂ ਪਰਿਵਾਰ ਦੀ ਗੱਲ ਕਰ ਲਈਏ ਹੋਰ ਵੀ ਕਈ ਪਰਿਵਾਰ ਆ ਜਿਵੇਂ ਇਦੂ ਸ਼ਰੀਫ ਜੀ ਚਲੇ ਗਏ ਇਸ ਦੁਨੀਆ ਤੋਂ ਫਿਰ ਉਹਨਾਂ ਦਾ ਪਰਿਵਾਰ ਆ ਹਨਾ ਸतीश ਕਾਲ ਜੀ ਬੜੇ ਮਾੜੇ ਹਾਲਾਤਾਂ ਦੇ ਵਿੱਚ ਅਖੀਰਲੇ ਟਾਈਮ ਤੇ ਗਏ ਆ ਕੀ ਤੁਹਾਨੂੰ ਲੱਗਦਾ ਵੀ ਇੱਥੇ ਸਰਕਾਰੀ ਦਰਬਾਰੇ ਕਲਾਕਾਰਾਂ ਦੇ ਲਈ ਕੋਈ ਇਸ ਤਰ੍ਹਾਂ ਦੀ ਪੈਨਸ਼ਨ ਪਲਾਨ ਜਾਂ ਕੋਈ ਸਕੀਮ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਹੁਣ ਤਾਂ ਸਰਕਾਰ ਦੇ ਵਿੱਚ ਵੀ ਮਹਮੂਦ ਸਦੀਕ ਹੁਣੀ ਐ ਇਸ ਟਾਈਮ ਵੱਡਾ ਉਹਦਾ ਉੱਥੇ ਰੱਖਦੇ ਨੇ ਕੀ ਤੁਹਾਨੂੰ ਲੱਗਦਾ ਇਹ ਕਲਾਕਾਰਾਂ ਦੇ ਲਈ ਸਰਕਾਰੀ ਤੌਰ ਤੇ ਕੋਈ ਮਾਇਕ ਸਹਾਇਤਾ ਹੋਣੀ ਚਾਹੀਦੀ ਹੈ ਜਿਹਦੇ ਕਰਕੇ ਜੇ ਕਲਾਕਾਰ ਤੁਰ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਅਟ ਲੀਸ ਰੋਟੀ ਦਾ ਮਸਲਾ ਤਾਂ ਹੱਲ ਹੋ ਸਕੇ ਦੇਖੋ ਗੱਲ ਸਾਹਿਬ ਪਹਿਲਾਂ ਤਾਂ ਕਲਾਕਾਰਾਂ ਦਾ ਸਾਡਿਆਂ ਦਾ ਇੱਕਾ ਹੈ ਨਹੀਂ ਜੇ ਸਾਡੇ ਕਲਾਕਾਰਾਂ ਦਾ ਇੱਕਾ ਹੋਵੇ ਤੇ ਸਰਕਾਰਾਂ ਸਾਡੇ ਵੱਲ ਜ਼ਰੂਰ ਧਿਆਨ ਦੇਣ ਸਰਕਾਰਾਂ ਇਸ ਕਰਕੇ ਧਿਆਨ ਨਹੀਂ ਦਿੰਦੀਆਂ ਕੋਈ ਸਰਕਾਰੀ ਦਰਬਾਰੇ ਜਾ ਕੇ ਕੋਈ ਅਪੀਲ ਨਹੀਂ ਕਰਦਾ ਕੋਈ ਬੇਨਤੀ ਨਹੀਂ ਕਰਦਾ ਇਸ ਕਰਕੇ ਸਰਕਾਰਾਂ ਦੇ ਹੋ ਸਕਦਾ ਧਿਆਨ ਵਿੱਚ ਇਹ ਗੱਲਾਂ ਨਾ ਹੋਣ ਜੇ ਹੋਣ ਵੀ ਤਾਂ ਬੜਾ ਉਹ ਕਹਿਰ ਨਹੀਂ ਕਰਦੀਆਂ ਇਸ ਕਰਕੇ ਵੀ ਸਾਡੇ ਕਲਾਕਾਰਾਂ ਨੂੰ ਸੰਸਥਾ ਬਣਾਉਣੀ ਚਾਹੀਦੀ ਹੈ ਜਿਹੜੇ ਵੱਡੇ ਕਲਾਕਾਰ ਸਟਾਰ ਹੈਗੇ ਆ ਇਹਨਾਂ ਨੂੰ ਇੱਕ ਸੰਸਥਾ ਬਣਾਉਣੀ ਚਾਹੀਦੀ ਆ ਉਹਦੇ ਵਿੱਚ ਸਾਰੇ ਕਲਾਕਾਰਾਂ ਨੂੰ ਹਾਜ਼ਰ ਕਰਨਾ ਚਾਹੀਦਾ ਮੀਟਿੰਗਾਂ ਕਰਨਾ ਚਾਹੀਦੀਆਂ ਉਹਦੇ ਵਿੱਚ ਆਪਣੇ ਮੁੱਦੇ ਰੱਖਣੇ ਚਾਹੀਦੇ ਆ ਵੀ ਜਿੱਦਾਂ ਡੀਜੇ ਤੇ ਸਾਡੇ ਗਾਣੇ ਵੱਜਦੇ ਆ ਕਈ ਵਾਰੀ ਅਸੀਂ ਪ੍ਰੋਗਰਾਮਾਂ ਤੇ ਜਾਂਦਾ ਆ ਤੇ ਉੱਥੇ ਡੀਜੇ ਲੱਗਾ ਹੁੰਦਾ ਗਾਣੇ ਸਾਡੇ ਵੱਜਦੇ ਹੁੰਦੇ ਆ ਤੇ ਸਾਨੂੰ ਉੱਥੇ ਕੋਈ ਬੁਲਾਉਂਦਾ ਵੀ ਨਹੀਂ ਹੁੰਦਾ ਡੀਜੇ ਵਾਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਕਲਾਕਾਰ ਇੱਥੇ ਪੰਡਾਲ ਦੇ ਵਿੱਚ ਆਇਆ ਹੈ ਤੇ ਜੇ ਕਿਤੇ ਕਲਾਕਾਰ ਨੂੰ ਗਾਣਾ ਗਾਉਣ ਦਾ ਤੇ ਘਰ ਵਾਲੇ ਕਹਦੇ ਨੇ ਵੀ ਅਕਦਾ ਤੂੰ ਗਾਣਾ ਗਾ ਦੇ ਡੀਜੇ ਵਾਲੇ ਉਦਾਂ ਹੀ ਰੰਗ ਪੀਲਾ ਜਾ ਹੁੰਦਾ ਉਹਨਾਂ ਦਾ ਉਹ ਕਹਿੰਦੇ ਨਹੀਂ 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 ਐਦਾਂ ਇੱਕ ਦਿਨ ਮੈਂ ਪ੍ਰੋਗਰਾਮ ਤੇ ਗਿਆ ਤੇ ਮੇਰਾ ਡੀਜੇ ਵਾਲਾ ਨਾਲ ਪੰਗਾ ਪੈ ਗਿਆ ਮੈਂ ਉਹਨੂੰ ਕਹਾ ਗੱਲ ਸੁਣੋ ਕਹਿੰਦੇ ਹਾਂਜੀ ਮੈਂ ਕਹਾ ਪਹਿਲਾਂ ਦੱਸੋ ਤੁਹਾਡਾ ਕੀ ਆ ਤੁਹਾਡੇ ਇੱਕ ਸਾਊਂਡ ਹੀ ਆ ਨਾ ਜਾਂ ਤੁਹਾਡੇ ਕਿੱਦੇ ਪੰਗੜੇ ਵਾਲੇ ਆ ਤੁਸੀਂ ਆਪਣੇ ਕਿੱਦੇ ਪੰਗੜੇ ਤੇ ਜਾਂ ਢੋਲ ਵਜਾਈ ਜੋ ਦੇਖੇ ਲੋਕ ਤੁਹਾਡਾ ਨੱਚਦੇ ਆ ਜੇ ਤੁਹਾਡਾ ਨੱਚਦੇ ਆ ਤਾਂ ਫਿਰ ਤੁਸੀਂ ਪ੍ਰੋਮ ਲਾਉਣ ਦੇ ਹੱਕਦਾਰ ਆ ਤੁਸੀਂ ਗੀਤ ਮੈਂ ਕਹਾ ਸਾਡੇ ਗਾਉਨੇ ਆ ਸਾਨੂੰ ਤੁਸੀਂ ਇਗਨੋਰ ਕਰਦੇ ਆ ਇਸ ਕਰਕੇ ਹੋਣਾ ਨਹੀਂ ਚਾਹੀਦਾ ਕਿਉਂਕਿ ਜੇ ਸਾਡਾ ਏਕਾ ਨਹੀਂ ਇਸੇ ਕਰਕੇ ਪ੍ਰੋਗਰਾਮ ਜਿਹੜੇ ਕਲਾਕਾਰਾਂ ਦੇ ਘਟ ਗਏ ਇੱਕ ਕਲਾਕਾਰਾਂ ਦਾ ਰੇਟ ਵੀ ਮਾਫੀ ਚਾਹੁੰਦਾ ਮੈਂ ਸਾਰੇ ਕਲਾਕਾਰ ਮੇਰੇ ਭਰਾ ਆ ਇੱਕ ਕਲਾਕਾਰਾਂ ਦਾ ਰੇਟ ਵੀ ਜ਼ਿਆਦਾ ਵਧਾਤਾ ਕਿਸੇ ਨੂੰ ਸੱਦਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਈ ਕਿਸੇ ਦਾ ਬਜਟ ਘਟ ਹੁੰਦਾ ਹੈ ਇਸ ਕਰਕੇ ਅੱਗੇ ਅਸੀਂ ਥੋੜੇ ਪੈਸੇ ਲੈਂਦੇ ਸੀ ਥੋੜੇ ਕਲਾਕਾਰ ਸਕੇ ਅੱਗੇ ਮਹੀਨੇ ਦੇ 20 25 25 30 30 ਪ੍ਰੋਗਰਾਮ 35 35 ਪ੍ਰੋਗਰਾਮ ਵੀ ਲਾਏ ਸੀ 1990 ਤੋਂ 2000 ਤੱਕ ਜਦੋਂ 2000 ਤੋਂ ਬਾਅਦ ਜਦੋਂ ਇਹ ਥੋੜਾ ਬਦਲਿਆ ਗਿਆ ਕੀ ਦਾ ਥੋੜਾ ਮਾਹੌਲ ਬਦਲਿਆ ਤੇ ਇਸ ਕਰਕੇ ਰੇਟ ਵੀ ਲੋਕਾਂ ਨੇ ਵਧਾ ਦਿੱਤੇ ਤੇ ਪ੍ਰੋਗਰਾਮ ਵੀ ਕੱਟ ਗਏ ਕੰਮ ਜਿਹੜੀ ਕੁਆਲਿਟੀ ਉਹ ਕੱਟ ਗਈ ਹੈ ਇਸ ਕਰਕੇ ਦੁੱਖ ਹੈ ਇਸ ਗੱਲ ਦਾ ਵੀ ਕਲਾਕਾਰਾਂ ਦਾ ਏਕਾ ਹੋਣਾ ਜ਼ਰੂਰੀ ਆ ਤਾਂ ਹੀ ਸਰਕਾਰੀ ਦਰਬਾਰੇ ਸਾਡੀ ਸੁਣੀ ਜਾ ਸਕੇ ਜਿੱਦਾਂ ਹੁਣ ਬਹੁਤ ਸਾਰੇ ਕਲਾਕਾਰ ਬਿਮਾਰ ਹੋ ਜਾਂਦੇ ਆ ਰੁਲਦੇ ਆ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕਿਸੇ ਦੀ ਬੇਸਿਕਲੀ ਜਿਹੜੀ ਪ੍ਰੋਬਲਮ ਘਰ ਦੀ ਕੋਈ ਪ੍ਰੋਬਲਮ ਹੋ ਸਕਦੀ ਆ ਗਰੀਬੀ ਆ ਗਰੀਬੀਦਲੇ ਦਬੇ ਬਹੁਤ ਕਲਾਕਾਰ ਹੈਗੇ ਆ ਜਿਹੜੇ ਆਪਣੇ ਘਰਾਂ ਚ ਹੀ ਬੈਠੇ ਆ ਉਹਨਾਂ ਦੀ ਆਵਾਜ਼ ਨਹੀਂ ਸੁਣਦਾ ਕੋਈ ਵੀ ਸੁਣਨੀ ਚਾਹੀਦੀ ਬਿਲਕੁਲ ਬਿਲਕੁਲ ਤੇ ਭਾਈ ਤੁਸੀਂ ਨਾ ਅਮਰੀਕਾ ਬਹੁਤ ਟਾਈਮ ਰਹੇ ਹੋ ਕੈਲੀਫੋਰਨੀਆ ਵੀ ਫ੍ਰਿਜ਼ਨੋ ਵੀ ਹੈ ਨਾ ਉੱਥੇ ਸੈਕਰਮੈਂਟੋ ਨਿਊਯਾਰਕ ਹੈ ਨਾ ਹੁਣ ਨਾ ਦੋ ਆਪਾਂ ਤਜਰਬੇ ਸਾਂਝੇ ਕਰੋ ਸਾਡੇ ਨਾਲ ਇੱਕ ਤਜਰਬਾ ਮਿੱਠਾ ਤਜਰਬਾ ਵੀ ਹਾਂ ਵੀ ਨਜ਼ਾਰਾ ਆ ਗਿਆ ਅਮਰੀਕਾ ਦੀ ਆ ਲਾਈਫ ਦੇ ਵਿੱਚ ਆ ਚੀਜ਼ ਆ ਜਿਹੜੀ ਜਿਹਦੇ ਕਰਕੇ ਮੈਨੂੰ ਲੱਗਦਾ ਵੀ ਅਮਰੀਕਾ ਵਾਲੀ ਲਾਈਫ ਬਹੁਤ ਵਧੀਆ ਹੈ ਨਾ ਇੱਕ ਕੋਈ ਕੌੜਾ ਤਜਰਬਾ ਜਿਹੜਾ ਲੱਗਦਾ ਹੋਵੇ ਵੀ ਯਾਰ ਕਿੱਥੇ ਫਸ ਗਿਆ ਪੰਛੀ ਪੰਜਾਬ ਦੇ ਵਿੱਚ ਨਜ਼ਾਰੇ ਲੈਂਦੇ ਸੀਗੇ ਇੱਥੇ ਉਹ ਗੱਲ ਨਹੀਂ ਬਣਦੀ ਦੋ ਤਜਰਬੇ ਸਾਡੇ ਨਾਲ ਸਾਂਝੇ ਕਰੋ ਚਾਹੇ ਕਿਸੇ ਦਾ ਨਾਮ ਵੀ ਲੈ ਦੋ ਵੀ ਫਲਾਣੇ ਬੰਦੇ ਨੇ ਕੋਈ ਧੋਖਾ ਦਿੱਤਾ ਜਾਂ ਨਹੀਂ ਵਧੀਆ ਰਿਹਾ ਐਕਸਪੀਰੀਅੰਸ ਕਿਸੇ ਨਾਲ ਉਹ ਵੀ ਆਪਾਂ ਕੋੜੇ ਤਜਰਬੇ ਵਿੱਚ ਕਾਊਂਟ ਕਰਾਂਗੇ ਮੈਂ ਇਹ ਕਹੂੰਗਾ ਵੀ ਅਮਰੀਕਾ ਜਿਹੜਾ ਹੈ ਉਹ ਅਮਰੀਕਾ ਹੀ ਆ ਅਮਰੀਕਾ ਦੇ ਵਿੱਚ ਹਰ ਸੁੱਖ ਸਹੂਲਤ ਮਿਲਦੀ ਹੈ ਤੁਹਾਨੂੰ ਸਾਨੂੰ ਆਪਣੀ ਕੀਤੀ ਮਿਹਨਤ ਦਾ ਜਿਹੜਾ ਮਿਹਨਤਾਨਾ ਮਿਲਦਾ ਆ ਜੇ ਅਸੀਂ ਪ੍ਰੋਗਰਾਮ ਤੇ ਜਾਂਨੇ ਸਾਨੂੰ ਪੂਰੇ ਪੈਸੇ ਮਿਲਦੇ ਆ ਕੋਈ ਸਾਡੇ ਨਾਲ ਧੋਖਾ ਕੋਈ ਠੱਗੀ ਨਹੀਂ ਕਰਦਾ ਇੱਥੇ ਕਈ ਵਾਰੀ ਪ੍ਰੋਗਰਾਮ ਤੇ ਜਾਈਦਾ ਕਈ ਵਾਰੀ ਪੈਸੇ ਵੀ ਮਾਰ ਲੈਂਦੇ ਲੋਕ ਉਹ ਕਹਿੰਦੇ ਯਾਰ ਐਨੇ ਕੀਤੇ ਵਿੱਚ ਬੰਦੇ ਪਾ ਲੈਂਦੇ ਆ ਕਿਸੇ ਪੁਲਿਸ ਅਫਸਰ ਦਾ ਫੋਨ ਕਰਾ ਲਿਆ ਕਿਸੇ ਲੀਡਰ ਦਾ ਕਰਾ ਲਿਆ ਵੀ ਥੋੜੇ ਘੱਟ ਕਰ ਲਾ ਇਸ ਕਰਕੇ ਇੱਥੇ ਤੇ ਉੱਥੇ ਦਾ ਬੜਾ ਫਰਕ ਆ ਤੇ ਪੰਜਾਬ ਆਪਣੀ ਜਗ੍ਹਾ ਬਹੁਤ ਵਧੀਆ ਆ ਪੰਜਾਬ ਸਾਡੇ ਪੰਜਾਬੀਆਂ ਲਈ ਇਹ ਸਾਡੀ ਨਹੀਂ ਨਹੀਂ ਉੱਥੋਂ ਦਾ ਕੌੜਾ ਮਿੱਠਾ ਤਜਰਬਾ ਉੱਥੇ ਦੇ ਇਤਿਹਾਰੇ ਬਹੁਤ ਹੈਗੇ ਆ ਤੇ ਕੋਈ ਨਹੀਂ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਤੇ ਜਿਨ੍ਹਾਂ ਦੇ ਕਰਕੇ ਮੈਂ ਵਾਪਸ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਉਹ ਵੀ ਖੁਸ਼ ਰਹਿਣ ਤੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ ਹਮਨੇ ਚੰਗੇ ਬੁਰਾ ਨਹੀਂ ਕੋਈ ਸਾਡੇ ਨਾਲ ਸਾਰੇ ਬਹੁਤ ਚੰਗੇ ਆ ਪੰਚੀ ਸਾਹਿਬ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਮਿੱਠੇ ਲਾਰੇ ਲਾ ਕੇ ਮੁੱਕਰ ਗਈ ਹੈ ਨਾ ਬਾਤ ਔਰ ਉਹ ਯੰਗਸਟਰ ਨੂੰ ਬੜਾ ਫੱਬਿਆ ਸੀ ਗੀਤ ਉਹਨਾਂ ਨੂੰ ਚਚਿਆ ਸੀ ਕਾਲਜਾਂ ਦੇ ਵਿੱਚ ਉਹ ਗੀਤ ਬਹੁਤ ਚੱਲਿਆ ਹਨਾ ਔਰ ਉਸ ਗੀਤ ਦਾ ਸਬੱਬ ਕਿਵੇਂ ਬਣਿਆ ਸੀ ਉਹ ਵੀ ਸੁਪਰ ਡੂਪਰ ਹਿੱਟ ਛੱਲੇ ਮੁੰਡੀਆਂ ਤੋਂ ਬਾਅਦ ਦੂਸਰਾ ਜਿਹੜਾ ਆਪਾਂ ਕਹਿ ਰਹੀਏ ਮੀਲ ਪੱਥਰ ਤੁਹਾਡੇ ਕੈਰੀਅਰ ਦੇ ਵਿੱਚ ਉਹ ਹੀ ਗੀਤ ਸੀ ਔਰ ਇਹਦੀਆਂ ਦੋ ਲਾਈਨਾਂ ਔਰ ਗੀਤ ਦਾ ਸਬੱਬ ਕਿਵੇਂ ਬਣਿਆ ਔਰ ਨਾਲ ਦੀ ਨਾਲ ਇਹ ਦੱਸਿਓ ਵੀ ਗੀਤ ਦਾ ਮਿਊਜ਼ਿਕ ਕਿਹਨੇ ਦਿੱਤਾ ਸੀ ਔਰ ਕਦੋਂ ਕ ਰਿਕਾਰਡ ਹੋਇਆ ਸੀ ਕਿੰਨਾ ਕੁ ਚਾਅ ਸੀ ਇਸ ਗੀਤ ਨੂੰ ਹਿੱਟ ਹੋਣ ਦਾ ਐ ਗਲਸਾ ਉਸ ਤੋਂ ਪਹਿਲਾਂ ਛੱਲੇ ਮੰਦੀਆ ਤੋਂ ਬਾਅਦ ਮੇਰਾ ਗਾਣਾ ਚਾਬੀਏ ਸੰਦੂਕ ਦੀਏ ਗੋਲੀਏ ਬੰਦੂਕ ਦੀਏ ਵੱਜ ਕੇ ਯਾਰਾਂ ਦੇ ਸੀਨੇ ਨਿਕਲੀ ਤੋਪਾਰਨੀ ਸ਼ਾਹਾਂ ਦੀਏ ਕੁੜੀਏ ਗਰੀਬ ਦਿੱਤਾ ਮਾਰਨੀ ਮੱਖਣ ਲੋਹਾਰ ਸਾਹਿਬ ਦਾ ਇਹ ਵੀ ਮੇਰਾ ਗੀਤ ਬਹੁਤ ਹਟ ਹੋਇਆ ਇੱਕ ਨਿੱਕੀ ਜੀ ਗੱਲ ਪਿੱਛੇ ਛੱਲੀਏ ਚੰਨ ਜਿਆ ਯਾਰ ਨਹੀਂ ਰਸਾਈਦਾ ਇੱਕ ਮੁਸਕਾਨ ਨਾਲ ਸੁਣੀਏ ਰੁੱਸੇ ਯਾਰ ਨੂੰ ਬਨਾਈਦਾ ਇੱਕ ਪ੍ਰਦੇਸੀਆਂ ਲਈ ਗੀਤ ਮੈਂ ਗਾਇਆ ਸੀਗਾ ਦਿੱਲੀ ਦੇ ਹਵਾਈ ਅੱਡੇ ਤੇ ਯਾਰ ਯਾਰਾਂ ਤੋਂ ਵਿਛੜਦੇ ਰਹਿੰਦੇ ਇੱਕ ਅਸ਼ੋਕ ਪੌਰਾ ਜੀ ਦਾ ਮੈਂ ਗੀਤ ਗਾਇਆ ਸਾਡੀ ਮੁਦਰੀ ਸੱਜਣਾ ਦੇ ਮੋੜ ਨਿਸ਼ਾਨੀ ਫਿਰ ਪੰਗਾ ਪੈਣਾ ਪੈਣਾ ਫਿਰ ਮੇਰਾ ਗੀਤ ਇਹ ਹੁਣ ਤੈਨੂੰ ਚੰਗਾ ਲੱਗਦਾ ਮੈਂ ਇਹ ਗੀਤ ਇੱਕ ਐਸ.ਡੀ.ਡੀ ਦੇ ਉੱਤੇ ਬੈਠਾ ਸੀ ਕਿ ਤਾ ਉਹ ਮੁੰਡਾ ਇੱਕ ਬਾਰ-ਬਾਰ ਕਿਸੇ ਨੂੰ ਕਹਿ ਰਿਹਾ ਸੀ ਵੀ ਹੁਣ ਤੈਨੂੰ ਚੰਗਾ ਲੱਗਦਾ ਮੈਂ ਉਹ ਮੇਰੇ ਦਿਮਾਗ 'ਚ ਥੋੜਾ ਆਈਡੀਆ ਆਇਆ ਤੇ ਉਹ ਫਿਰ ਅਸੀਂ ਲਿਖਿਆ ਫਿਰ ਅਲਮਸਤ ਦੇਸਰਪੁਰੀ ਸਾਹਿਬ ਉਹਨਾਂ ਨੇ ਇਹ ਆਈਡੀਆ ਪੂਰਾ ਕਰਕੇ ਦਿੱਤਾ ਤੇ ਮੈਂ ਰਿਕਾਰਡ ਕਰਾਇਆ ਤੇ ਸਾਡਾ ਜੋਰਾ ਲ ਸਾਡਾ ਸਾਹਿਬ ਜਿਹੜੇ ਨਿਊਯਾਰਕ ਰਹਿੰਦੇ ਆ ਉਹਨਾਂ ਦੇ ਬਹੁਤ ਸਾਰੇ ਗੀਤ ਮੈਂ ਰਿਕਾਰਡ ਕਰਵਾਏ ਆ ਉਹਨਾਂ ਦਾ ਪਿੱਛੇ ਮੈਂ ਗੀਤ ਰਿਕਾਰਡ ਕਰਾਇਆ ਸੀਗਾ ਯਾਰੀਆਂ ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਸਿਖਰਾਂ ਤੇ ਜਾ ਕੇ ਸ਼ੁਰੂਆਤ ਭੁੱਲ ਜਾਂਦੇ ਨੇ ਜਿਹੜੇ ਕਦੇ ਜੋਰੇ ਦੇ ਪੈਰਾਂ ਵਿੱਚ ਬੈੰਦੇ ਸੀ ਭੁੱਲਾਂਗੇ ਨਹੀਂ ਜ਼ਿੰਦਗੀ 'ਚ ਵਾਰ-ਵਾਰ ਕਹਿੰਦੇ ਸੀ ਗਹਿਰਾਂ ਦੀਆਂ ਮਹਿਫਲਾਂ 'ਚ ਜਾ ਕੇ ਖੁੱਲ ਜਾਂਦੇ ਨੇ ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਤੇ ਜੋਰੇ ਦਾ ਹੁਣ ਨਵਾਂ ਗੀਤ ਆ ਰਿਹਾ ਮੇਰਾ ਐ ਨਿੱਕੀ ਨਿੱਕੀ ਗੱਲ ਪਿੱਛੇ ਥੋੜੇ ਦਿਨ ਤੱਕ ਉਹ ਵੀ ਰੈਡੀ ਆ ਤੇ ਮੈਂ ਜੋਰੇ ਨੂੰ ਸਾਡੇ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਨਾਲ ਰਾਬਤਾ ਮੇਰਾ ਕਾਇਮ ਕਰਾਇਆ ਔਰ ਸਾਡੀ ਭੈਣ ਸ਼ਕਤੀ ਮਾਨਕ ਸਤਾਜ ਜੀ ਦੀ ਬੇਟੀ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਨਾਮ ਮੇਰਾ ਕੰਟੈਕਟ ਕਰਾਇਆ ਤੇ ਮੈਂ ਜੋਰੇਲ ਸਾਡੇ ਨੂੰ ਦਿਲੋਂ ਸਲੂਟ ਕਰਦਾ ਔਰ ਮੇਰਾ ਭਰਾ ਯਾਰਾਂ ਦਾ ਯਾਰ ਹੈ ਤੇ ਮੇਰਾ ਬਹੁਤ ਪਿਆਰਾ ਮਿੱਤਰ ਹੈ ਥੈਂਕ ਯੂ ਮਿੱਠੇ ਲਾਰੇ ਨਹੀਂਆ ਦੋ ਲੈਣਾ ਮਿੱਠੇ ਲਾਰੇ ਪੇਸ਼ ਕਰਾਂ ਤੁਹਾੰਦਾਂ ਜੀ ਨੀ ਮਿੱਠੇ ਲੋਰੇ ਲਾ ਕੇ ਮੁੱਕਰ ਗਈ ਤੂੰ ਛੱਲੇ ਮੁੰਦੀਆਂ ਪਾਂਛੀ ਦੀਆਂ ਪਾ ਕੇ ਮੁੱਕਰ ਗਈ ਝੂਠੀਏ ਕਸਮਾਂ ਖਾ ਕੇ ਮੁੱਕਰ ਗਈ ਸੌ ਸੌ ਕਸਮਾਂ ਖਾ ਕੇ ਮੁੱਕਰ ਗਈ ਸਭ ਕੁਝ ਲੁੱਟ ਲਿਆ ਤੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਕਰ ਗਏ ਨ ਪੰਛੀ ਨਾਲ ਧੋਖਾ ਨਹੀਂ ਆਪਣੇ ਯਾਰ ਪਿਆਰੇ ਹਾਏ ਆਪਣੇ ਯਾਰ ਪਿਆਰੇ ਨਹੀਂ ਆਪਣੇ ਯਾਰ ਪਿਆਰੇ ਹੋ પાਕੇ ਪਿਆਰ ਵੇਖੇ ਅਲਮਸਤ ਨੇ ਆ ਲੋਕ ਬੜੇ ਹਥਿਆਰੇ ਨਹੀਂ ਲੋਕ ਬੜੇ ਹਥਿਆਰੇ ਨਹੀਂ ਲੋਕ ਬੜੇ ਹਥਿਆਰੇ ਹੋ ਜਿਹੜੀ ਗੱਲੋਂ ਨਹੀਂ ਚੱਲੀਏ ਯਾਰ ਸੀ ਡਰਦੇ ਹਟ ਟੁੱਟ ਗਈ ਯਾਰੀ ਨਹੀਂ ਹੁਣ ਤਾਂ ਦੁਖੜੇ ਜਰਦੇ ਜਿਨਾ ਥਾਂ ਮਾਂ ਤੇ ਪਿਆਰ ਸੀ ਕਰਦੇ ਜਿੱਥੇ ਆਪਾਂ ਮਿਲਦੇ ਹੁੰਦੇ ਸੀ ਉਹ ਰੋਂਦੇ ਨੇ ਉਥੇ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਮੈਂ ਨਹੀਂ ਹੁਣ ਤੈਨੂੰ ਚੰਗਾ ਨਹੀਂ ਲੱਗਦਾ ਕੀ ਬਾਤ ਹੈ ਬਾਈ ਮਤਲਬ ਗਾਇਕੀ ਨਾ ਅਸਲ ਦੇ ਵਿੱਚ ਇਹੀ ਹੋਣੀ ਚਾਹੀਦੀ ਆ ਮਤਲਬ ਉਹਨਾਂ ਨੂੰ ਫਿਰ ਸਹਾਰੇ ਦੀ ਲੋੜ ਨਾ ਪਵੇ ਵੀ ਮੈਨੂੰ ਸਾਜ਼ ਚਾਹੀਦੇ ਆ ਤੇ ਜਾਂ ਫਿਰ ਐਂ ਜੇ ਕਰਕੇ ਕਹਿੰਦੇ ਹੁੰਦੇ ਮੜਾ ਜਾ ਬਈ ਸੁਰ ਜਾ ਲਾਲਾ ਹਨਾ ਚਲੋ ਬਾਈ ਇੱਕ ਗੱਲ ਦੱਸਿਓ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਨਾ ਮਿਸਿਸ ਪੰਜਾਬੀ ਫਿਲਮਾਂ ਦੇ ਵਿੱਚ ਐਜ਼ ਅ ਹੀਰੋਇਨ ਬੜੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਹਨਾ ਪਰ ਕਿਉਂਕਿ ਕਲਾਕਾਰਾਂ ਦੇ ਲਈ ਤਾਂ ਫਿਲਮ ਕਰਨੀ ਬੜੀ ਸੌਖੀ ਹੁੰਦੀ ਆ ਪਰ ਸੁਖਵਿੰਦਰ ਪੰਛੀ ਨੂੰ ਅਸੀਂ ਐਜ਼ ਅ ਐਕਟਰ ਕਿਤੇ ਨਹੀਂ ਵੇਖਿਆ ਕਿਤੇ ਅਪਰੋਚ ਨਹੀਂ ਹੋਈ ਕਿ ਪੰਗਾ ਲਿਆ ਨਹੀਂ ਕਿ ਗਾਇਕੀ ਵਾਲਾ ਕੰਮ ਵਧੀਆ ਚੱਲਦਾ ਸੀਗਾ ਵੀ ਇੱਕ ਦੁਕਾਨ ਨਾ ਬੰਦ ਹੋ ਜਾਏ ਜਦੋਂ ਦੂਜੀ ਖੋਲ੍ਹਣ ਦੇ ਚੱਕਰ 'ਚ ਹਾਂਜੀ ਮੈਨੂੰ ਕਾਫੀ ਜਦੋਂ ਮੈਂ ਸਟਾਰਟਿੰਗ ਆਪਣਾ ਚੱਲੇ ਮੁੰਡੀਆਂ ਹਿੱਟ ਹੋਇਆ ਨਾ ਆਪਣਾ ਤੇ ਕਾਫੀ ਮੈਨੂੰ ਆਈਆਂ ਅਪਰੋਚ ਆ ਮੈਂ ਕਹਿੰਦਾ ਨਹੀਂ ਨਹੀਂ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਗਾਉਣਾ ਬਜਾਉਣਾ ਹੀ ਆ ਨਾਲੇ ਅਸੀਂ ਫਿਲਮਾਂ 'ਚ ਐਕਟਰ ਨਹੀਂ ਨਾ ਸੀ ਅਸੀਂ ਤਾਂ ਸਿੰਗਰ ਆ ਤੇ ਫਿਰ ਕੁਦਰਤੀ ਸੁਭਾਅ ਬਣਿਆ ਮੇਰੇ ਮੈਸੇਜ ਅਰਜੰਦਰ ਰੂਬੀ ਜੀ ਐ ਭਾਜੀ ਜੋਗਰਾਜ ਦੀ ਫਿਲਮ ਕਬਜਾ ਉਹਦੇ ਵਿੱਚ ਐਜੇ ਹੀਰੋਨ ਤੇ ਦਿਲ ਦਾ ਮਾਮਲਾ ਗੁੱਗੂ ਗੱਲ ਉਹਦੇ ਵਿੱਚ ਅਜੇ ਹੀਰੋ ਨੇ ਤੇ ਰੰਗਲਾ ਪੰਜਾਬ ਸਤ ਪੱਖੀ ਰਵਿਦਾਸ ਸਾਰੀਆਂ ਫਿਲਮਾਂ 'ਚ ਹੀਰੋ ਨੇ ਆਏ ਤੇ ਹੁਣ ਫਿਊਚਰ ਪਲਾਨ ਦੇ ਵਿੱਚ ਮੇਰੇ ਉਧਾਂ ਫਿਲਮਾਂ 'ਚ ਗਾਣੇ ਬਹੁਤ ਆਏ ਆ ਤੇ ਹੁਣ ਨਵੀਆਂ ਫਿਲਮਾਂ 'ਚ ਮੇਰੇ ਗਾਣੇ ਵੀ ਆ ਰਹੇ ਆ ਤੇ ਹੁਣ ਮੈਂ ਥੋੜਾ ਜਿਹਾ ਲੱਗਿਆ ਮੈਨੂੰ ਮੜਾ ਜਿਹਾ ਵੀ ਲੋਕੀ ਕਹਿੰਦੇ ਛੋਟਾ ਮੋਟਾ ਕੋ ਰੋਲ ਕਰਨਾ ਮੈਂ ਹੁਣ ਪੰਗਾ ਲੈਣਾ ਹਾਂ ਪੰਗਾ ਲੈਣਾ ਹੀ ਲੈਣਾ ਚਲੋ ਪੰਗਾ ਲੈਣਾ ਹੀ ਲੈਣਾ ਤੇ ਭਾਈ ਹੋਰ ਪਰਿਵਾਰਕ ਦਾ ਸਹਿਯੋਗ ਕਿਦਾਂ ਦਾ ਰਿਹਾ ਕਿਉਂਕਿ ਤੁਸੀਂ ਵਿਦੇਸ਼ਾਂ ਦੇ ਵਿੱਚ ਵੀ ਟੂਰ ਕਰਦੇ ਹੋ ਸ਼ੋਅਸ ਕਰਦੇ ਰਹੇ ਹੋਣਾ ਪਰਿਵਾਰਕ ਹੋਰ ਜਿਹੜੀ ਮਤਲਬ ਬੱਚਿਆਂ ਵੱਲੋਂ ਸਪੋਰਟ ਜਾਂ ਹੋਰ ਉਹਦੇ ਬਾਰੇ ਦੱਸਿਓ ਹਾਂਜੀ ਮੇਰੇ ਬੱਚੇ ਜੀ بیٹے ਮੇਰੇ ਜਗਜੋਸ਼ ਸਿੰਘ ਤੇ ਨਵਜੋਸ਼ ਸਿੰਘ ਤੇ ਇੱਕ ਬੇਟਾ ਮੇਰਾ ਗ੍ਰਾਫਿਕ ਡਿਜ਼ਾਈਨਰ ਆ ਔਰ ਗੋਰਿਆਂ ਦਾ ਤੇ ਕਾਲਿਆਂ ਦਾ ਮਿਊਜ਼ਿਕ ਕਰਦਾ ਆ ਤੇ ਉਹ ਰੈਪ ਵੀ ਕਰਦਾ ਉਹ 뮤జిక్ ਡਾਇਰੈਕਟਰ ਵੀ ਆ ਉਹ ਵੀਡੀਓ ਡਾਇਰੈਕਟਰ ਵੀ ਆ ਗ੍ਰਾਫਿਕ ਡਿਜ਼ਾਈਨਰ ਵੀ ਆ ਤੇ ਦੂਸਰਾ ਬੇਟਾ ਮੇਰਾ ਜਿਹੜਾ ਉਹਨੂੰ ਸਿੰਗਰ ਹੈ ਜੇ ਲਾਂਚ ਕਰ ਰਹੇ ਆਪਾਂ 2022 ਦੇ ਵਿੱਚ ਉਹਨੂੰ ਜਲਦੀ ਲਾਂਚ ਕਰ ਰਹੇ ਆ ਗਾਣਾ ਕੀਤਾ ਉਹਦਾ ਤੇ ਹੁਣ ਵਿਦੇਸ਼ ਸ਼ੂਟਿੰਗ ਕਰਨ ਵਾਸਤੇ ਥੋੜੇ ਦਿਨ ਤੱਕ ਜਾ ਰਹੇ ਬੱਚੇ ਕੀ ਬਾਤ ਐ ਸੋ ਦੋਨੋਂ ਹੀ ਬੱਚੇ ਐਸੇ ਫੀਲਡ ਦੇ ਵਿੱਚ ਇੱਕ 뮤జిక్ ਡਾਇਰੈਕਟਰ ਹੈ ਤੇ ਇੱਕ ਗਾਉਣ ਦੇ ਹੀ ਹੁਣ ਜਿਹੜੇ ਲਾਂਚ ਕਰ ਰਹੇ ਤੁਸੀਂ ਹਨਾ ਸੋ ਸੁਖਿੰਦਰ ਭਾਈ ਇਹ ਦੱਸਿਓ ਅ ਅੱਜਕੱਲ ਦੇ ਕਲਾਕਾਰਾਂ ਬਾਰੇ ਥੋੜੀ ਜੀ ਗੱਲ ਕਰਨੀ ਚਾਹਾਂਗਾ ਕਿਉਂਕਿ ਅੱਜਕੱਲ ਨਾ ਗਾਇਕੀ ਦੇ ਵਿੱਚ ਸਾਨੂੰ ਨਾ ਰਾਸ ਨਹੀਂ ਲੱਭਦਾ ਜਿਹੜੀ ਆਪਾਂ ਰੂਹਦਾਰੀ ਦੀ ਗੱਲ ਕਰਦੇ ਉਹ ਨਹੀਂ ਲੱਭਦੀ ਅੱਜ ਕੱਲ ਸਾਨੂੰ ਨਾ ਸ਼ੋਰ ਸ਼ਰਾਬਾ ਲੱਭਦਾ ਗਾਇਕੀ ਦੇ ਵਿੱਚੋਂ ਅੱਜ ਕੱਲ ਸਾਨੂੰ ਲੱਭਦਾ ਇਹ ਕਲਾਕਾਰ ਜਿਵੇਂ ਕੋਈ ਕਬਜ਼ਾ ਲੈਣ ਚੱਲੇ ਹੁੰਦੇ ਆ ਇੱਕ ਦੇ ਹੱਥੋਂ ਮੌਜ਼ਰ ਫੜਿਆ ਇੱਕ ਦੇ ਹੱਥੋਂ ਦਨਾਲੀ ਫੜੀ ਹੈ ਹਨ ਕਿਤੇ ਤੁੰਬੀ ਹੁੰਦੀ ਸੀ ਮੈਂ ਅਕਸਰ ਗੱਲ ਕਰਦਾ ਹੁੰਦਾ ਕਦੇ ਕਦੇ ਤੁੰਬੀ ਸੀ ਕਦੇ ਢਬਲੀ ਸੀ ਹਨ ਤੇ ਅੱਜ ਕੱਲ ਇਹ ਹਥਿਆਰੀ ਗਾਇਕੀ ਹੈ ਜਿਹੜੀ ਇਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਪੰਛੀ ਹੁਣਾਂ ਨੇ ਪਿਆਰ ਮੁਹੱਬਤ ਦੀ ਗੱਲ ਕੀਤੀ ਆ ਛੱਲੇ ਮੁੰਦੀਆਂ ਦੀ ਗੱਲ ਕੀਤੀ ਆ ਤੇ ਇਹ ਛੱਲੇ ਮੁੰਦੀਆਂ ਤੋਂ ਹੁਣ ਇਹ ਪਸਤਣ ਵਾਲੀ ਗਾਇਕੀ ਨੂੰ ਕਿਵੇਂ ਦੇਖਦੇ ਹੋ ਕੌਣ ਜ਼ਿੰਮੇਵਾਰ ਸਮਝਦੇ ਹੋ ਉਹਦਾ ਗੱਲ ਇਦਾਂ ਵੀ ਜਿਹੜੇ ਅੱਜਕੱਲ ਤੇ ਗਾਉਣ ਵਾਲੇ ਆ ਜਾਂ ਜਿਹੜੇ ਰਾਈਟਰ ਆ ਜਾਂ ਵੀਡੀਓ ਡਾਇਰੈਕਟਰ ਆ ਜਾਂ ਕੰਪਨੀਆਂ ਜਿਹੜੀਆਂ ਉਹ ਸਾਰੀਆਂ ਹੀ ਇਸ ਚੀਜ਼ ਦੀ ਜ਼ਿੰਮੇਵਾਰ ਆ ਉਹਨਾਂ ਨੂੰ ਚਾਹੀਦਾ ਵੀ ਜਿਹੜੇ ਇਹੋ ਜਿਹੇ ਗੀਤ ਆ ਅਸਲੇ ਨੂੰ ਪ੍ਰਮੋਟ ਕਰਨਾ ਜਾਂ ਨਸ਼ੇ ਨੂੰ ਪ੍ਰਮੋਟ ਕਰਨਾ ਜਿਸ ਤਰ੍ਹਾਂ ਦੇ ਅਸੀਂ ਗੀਤਾਂ ਦੇ ਵਿੱਚ ਲੋਕਾਂ ਨੂੰ ਦੇਖਦੇ ਆ ਪਿੰਡਾਂ ਦੇ ਲੋਕ ਵਿਚਾਰੇ ਭੋਲੇ ਪਾੜੇ ਆ ਨਿਆਣੇ ਜਿਹੜੇ ਆ ਉਹ ਬੱਚੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ ਉਸੇ ਤਰ੍ਹਾਂ ਬੋਦੇ ਵਾ ਲੈਂਦੇ ਆ ਉਸੇ ਤਰ੍ਹਾਂ ਡੋਲਿਆਂ ਤੇ ਫੁੱਲ ਜੇ ਪਵਾ ਲੈਂਦੇ ਆ ਉਸੇ ਤਰ੍ਹਾਂ ਜਿੰਮ ਜਾਣ ਦੀ ਤਿਆਰੀ ਕਰ ਲੈਂਦੇ ਆ ਉਸੇ ਤਰ੍ਹਾਂ ਇਹਨਾਂ ਦੇ ਰੀਸਾ ਕਰਦੇ ਆ ਤੇ ਇਹਨਾਂ ਦੇ ਰੀਸਾ ਕਰਕੇ ਕਈ ਲੋਕਾਂ ਦਾ ਨੁਕਸਾਨ ਵੀ ਬਹੁਤ ਹੋਇਆ ਤੇ ਕਈ ਜਿੱਦਾਂ ਹੁਣ ਇਹ ਗਾਣਿਆਂ ਦੇ ਵਿੱਚ ਨਸ਼ੇ ਪ੍ਰਮੋਟ ਕਰਦੇ ਆ ਅਸਲਾ ਪ੍ਰਮੋਟ ਕਰਦੇ ਉਹ ਇਦਾਂ ਗੈਂਗਸਟਰ ਜਿੱਦਾਂ ਅਜੇ ਗੈਂਗਸਟਰ ਲਾਂਚ ਹੁੰਦੇ ਆਪਣੇ ਆਪ ਨੂੰ ਵੀ ਉਹ ਇਦਾਂ ਫਿਰ ਲੋਕੀ ਰਿਸਕ ਕਰਦੇ ਇਹਨਾਂ ਦੀ ਉਹਦੇ ਨਾਲ ਫਿਰ ਉਹਨਾਂ ਤੇ ਕੇਸ ਪੈ ਜਾਂਦੇ ਵਿਚਾਰੇ ਇਹ ਤਾਂ ਗੀਤ ਦੇ ਵਿੱਚ 2 ਮਿੰਟ ਦਿਖਾ ਕੇ ਲੋਕਾਂ ਨੂੰ ਪਾਸੇ ਹੋ ਜਾਂਦੇ ਆ ਪਰ ਮੇਰੀ ਬੇਨਤੀ ਹੱਥ ਜੋੜ ਕੇ ਨਾਮੇ ਸੰਗਰਾਂ ਨੂੰ ਵੀ ਚੰਗਾ ਗਾਓ ਤੇ ਚੰਗਾ ਲੋਕਾਂ ਨੂੰ ਪਰੋਸੋ ਤਾਕੇ ਚੰਗਾ ਲੋਕਾਂ ਨੂੰ ਦੇਖਣ ਨੂੰ ਮਿਲੇ ਸਾਡਾ ਜਿਹੜਾ ਸੱਭਿਆਚਾਰਾ ਬਹੁਤ ਵਿਰਸਾ ਸਾਡਾ ਅਮੀਰ ਹੈ ਇਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਗਵਾਉਣ ਦੀ ਲੋੜ ਹੈ ਮੇਰੀ ਬੇਨਤੀ ਹੱਥ ਜੋੜ ਕੇ ਬਾਕੀ ਮੇਰੇ ਨਾਲ ਸਾਰੇ ਸਿਆਣੇ ਚੰਗੇ ਆ ਪੜ੍ਹੇ ਲਿਖੇ ਮੁੰਡੇ ਅੱਜਕੱਲ ਇਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਕਿ ਆਉਣ ਵਾਲੇ ਪੁਆਖੇ ਸਾਡਾ ਜੇ ਸਾਡਾ ਨੁਕਸਾਨ ਨਹੀਂ ਇਹਨਾਂ ਦੇ ਬੱਚਿਆਂ ਦਾ ਨੁਕਸਾਨ ਜ਼ਰੂਰ ਹੋਊਗਾ ਜੇ ਕੋਈ ਚੰਗੀ ਯਾਦ ਨਹੀਂ ਛੱਡ ਕੇ ਜਾਣਗੇ ਲੋਕ ਇਹਨਾਂ ਨੂੰ ਯਾਦ ਨਹੀਂ ਕਰਨਗੇ ਗਾਲਾਂ ਕੱਢਿਆ ਕਰਨਗੇ ਨਹੀਂ ਮੈਂ ਇਹ ਗੱਲ ਬਿਲਕੁਲ ਮੰਨਦਾ ਵੀ ਪਰ ਲੋਕ ਇਹਨਾਂ ਨੂੰ ਕਈਆਂ ਨੂੰ ਪਸੰਦ ਬਹੁਤ ਕਰਦੇ ਨੇ ਜੇ ਆਪਾਂ ਗੱਲ ਕਰੀਏ ਪ੍ਰੋਗਰਾਮਾਂ ਦੀ ਤਾਂ ਇਹ ਪ੍ਰੋਗਰਾਮ ਹੀ ਬੜੇ ਲਾਈ ਜਾਂਦੇ ਆ ਹਾਂਜੀ ਬਿਲਕੁਲ ਉਹੀ ਜਿਹੜੀ ਠਾਠ ਠਾਕ ਗੀਤਾਂ ਦੇ ਵਿੱਚ ਹੁੰਦੀ ਫਿਰ ਮਿਊਜ਼ਿਕ ਦੇ ਨਾਲ ਉੱਥੇ ਫਿਰ ਠਾਠ ਠਾਕ ਆਉਂਦੇ ਆ ਪ੍ਰੋਗਰਾਮ ਵੀ ਲਾਉਂਦੇ ਵਿਆਹਾਂ ਤੇ ਤੁਸੀਂ ਇੱਥੇ ਜਲੰਧਰ ਏਰੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਬੜੇ ਇੱਥੇ ਕਲਾਕਾਰ ਆ ਜਿਹੜੇ ਬਹੁਤ ਜ਼ਿਆਦਾ ਪ੍ਰੋਗਰਾਮ ਲਾਉਂਦੇ ਹੁੰਦੇ ਸੀ ਪਰ ਹੁਣ ਉਸ ਲੈਵਲ ਤੇ ਪ੍ਰੋਗਰਾਮ ਜਿਹੜੇ ਉਹ ਘਟ ਗਏ ਆ ਚਾਹੇ ਤੁਹਾਡੀ ਗੱਲ ਕਰ ਲਈਏ ਆਪਾਂ ਸਰਬਜੀ ਚੀਮਾ ਇੱਥੇ ਵੱਧ ਪ੍ਰੋਗਰਾਮ ਲਾਉਂਦਾ ਹੁੰਦਾ ਕਦੇ ਕਦੇ 30 35 ਪ੍ਰੋਗਰਾਮ ਲਾਉਂਦੇ ਕਦੇ ਕਦੇ ਮਨ ਦੇ ਵਿੱਚ ਝੋਰਾ ਜਾਂ ਹੋਇਆ ਜਾਂ ਮਨ ਦੇ ਵਿੱਚ ਮਲਾਲ ਹੋਇਆ ਵੀ ਤੁਸੀਂ ਕਿਸ ਗਾਇਕੀ ਦੇ ਨਾਲ ਪ੍ਰੋਗਰਾਮ ਲਾਉਂਦੇ ਰਹੇ ਕਿਸ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਦੇ ਰਹੇ ਹੋ ਤੇ ਅੱਜ ਕੱਲ ਇਹ ਜਿਹੜੇ ਨਵੇਂ ਜਿਹੇ ਛਲਾਹੂ ਜਿਹੇ ਉੱਠੇ ਆ ਵੀ ਇਹ ਪ੍ਰੋਗਰਾਮ ਲਾਈ ਜਾਂਦੇ ਮਨ ਦੇ ਵਿੱਚ ਕਦੇ ਹੁੰਦਾ ਵੀ ਜਾਂ ਤਾਂ ਫਿਰ ਅਸੀਂ ਵੀ ਇਹੋ ਜਿਹਾ ਕੋਈ ਦਨਾਲੀਆਂ ਦਰੂਣੀਆਂ ਚੱਕ ਲਈਏ ਗੱਲ ਇਹ ਤਾਂ ਵੀ ਅੱਜ ਕੱਲ ਜਿਹੜੇ ਗਾਉਣ ਵਾਲੇ ਆ ਇੱਕ ਤਾਂ ਇਹ ਪੈਸਾ ਜਿਆਦਾ ਲਾਉਂਦੇ ਆ ਜ਼ਮੀਨਾਂ ਵੇਚ ਕੇ ਆਉਂਦੇ ਆ ਮਾਰਕੀਟ ਵਿੱਚ ਕਈਆਂ ਦੇ ਸਿਰ ਤਾਂ ਬੜਾ ਕਰਜ਼ਾ ਚੜਿਆ ਵਿਚਾਰਿਆਂ ਦੇ ਸੱਚੀ ਗੱਲ ਆ ਇਹ ਕੋਈ ਦੱਸੇ ਜਾਂ ਨਾ ਦੱਸੇ ਕਿਉਂਕਿ ਇਹਨਾਂ ਨੂੰ ਜਿਹੜੇ ਵਿੱਚ ਏਜੰਟ ਰੱਖੇ ਆ ਚੰਡੀਗੜ੍ਹ ਅੱਜ ਇੰਡਸਟਰੀ ਬਣੀ ਆ ਇਹਨਾਂ ਨੂੰ ਪਿੰਡਾਂ ਤੋਂ ਘੇਰਕੂਰ ਕੇ ਲੈ ਜਾਂਦੇ ਮੁੰਡੇ ਵੀ ਉੱਥੇ ਜੀ ਫਲਾਣੇ ਵਰਗਾ ਤੈਨੂੰ ਬਣਾ ਦੇਣਾ ਫਲਾਣੇ ਤੋਂ ਵੱਡਾ ਤੇਰਾ ਨਾਮ ਬਣ ਜਾਣਾ ਉਹਨੂੰ ਸਭ ਜਬਾਗ ਇਦਾਂ ਦੇ ਦਿਖਾਉਂਦੇ ਆ ਤੇ ਉਹਨੂੰ ਕਨਵਿੰਸ ਕਰ ਦਿੰਦੇ ਆ ਪੂਰਾ ਉਹਨੂੰ ਫੋਰਸ ਕਰਦੇ ਆ ਵੀ ਤੂੰ ਬਹੁਤ ਵੱਡਾ ਸਟਾਰ ਬਣ ਜਾਣਾ ਤੂੰ ਇੰਨੇ ਕੇ ਪੈਸੇ ਲਾ ਲਾ 50 ਕ ਲੱਖ ਦਾ ਬਾਈਟ ਰੱਖ ਲਾ ਉਹ 50 ਕ ਲੱਖ ਦਾ ਬਾਈਟ ਰੱਖ ਲੈਂਦਾ ਆ ਔਖਾ ਸੌਖਾ ਹੋ ਕੇ ਉਹ ਗਾਣਾ ਕੰਪਿਊਟਰ ਤੇ ਰਿਕਾਰਡ ਕਰ ਲੈਂਦਾ ਆ ਪਰ ਉਹ ਜਦੋਂ ਸਟੇਜ ਤੇ ਜਾਂਦਾ ਉਦੋਂ ਸੁਣਦਾ ਕੋਈ ਨਹੀਂ ਵਿਚਾਰੇ ਨੂੰ ਕਈ ਜਿਹੜਾ ਮੇਰੇ ਨਾਲ ਵੀ ਇਦਾਂ ਪੰਗਾ ਪਿਆ ਨਵੇਂ ਗਾਉਣ ਵਾਲਿਆਂ ਦੇ ਨਾਲ ਤੇ ਉਹ ਫੇ ਇੱਕ ਜਗ੍ਹਾ ਸਟੇਜ ਤੇ ਗਿਆ ਸੀ ਤਾਂ ਸਾਡਾ ਸਟੇਜ ਸੈਕਟਰੀ ਕਹਿੰਦਾ ਵੀ ਆ ਰਹੇ ਨੇ بلند ਆਵਾਜ਼ ਦੇ ਮਾਲਕ ਮੇਰੇ ਬਾਰੇ ਬੋਲ ਦਿੱਤਾ ਮੈਂ ਕਿਹਾ ਯਾਰ ਇਦਾਂ ਨਾ ਕਹਿ ਬਈ بلند ਆਵਾਜ਼ ਤਾਂ ਪਰਮਾਤਮਾ ਨੇ ਦਿੱਤੀ ਆ ਵੀ ਸਾਡੀ ਤਾਂ ਮਿਹਨਤ ਆ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਡਿਜ਼ਰਵ ਕਰਦੇ ਹੋ ਵੀ ਤੁਸੀਂ ਸਹੀ ਹੋ ਵੀ ਤੁਸੀਂ ਆ ਹੱਕ ਦੇ ਜ਼ੋਰ ਨਾਲ ਗਾਉਨੇ ਆ ਜਾਂ ਤੁਸੀਂ ਲਾਈਵ ਗਾਉਨੇ ਹੋ ਤੇ ਮੇਰੇ ਤੋਂ ਬਾਅਦ ਇੱਕ ਗਾਣ ਵਾਲਾ ਹੋਰ ਆ ਗਿਆ ਉਹਦਾ ਵਿਚਾਰਾ ਇੱਕੋ ਹੀ ਗਾਣਾ ਆਇਆ ਇਸਦੇ ਰੁਪਈਆ 5 ਲੱਖ ਲਿਆ ਤੇ ਉਹ ਸਟੇ ਸੈਕਟਰੀ ਨੂੰ ਹੱਸਦੇ ਹੱਸਦੇ ਨੇ ਕਹਿ ਤਾ ਕਹਿੰਦਾ ਹੁਣ ਆ ਰਹੇ ਨੇ ਬੰਦ ਆਵਾਜ਼ ਦੇ ਮਾਲਕ ਉਹ ਕਹਿੰਦਾ ਯਾਰ ਤੂੰ ਬੰਦ ਆਵਾਜ਼ ਦੇ ਮਾਲਕ ਮੈਨੂੰ ਕਾਹਦੇ ਕਿਹਾ ਕਹਿੰਦਾ ਤੈਂ ਕਾਕਾ ਸੀਡੀ ਲਾ ਕੇ ਗਾਣਾ ਉਹ ਲਾਈਵ ਗਾ ਕੇ ਗਿਆ ਇਹ ਫਰਕ ਤਾਂ ਹੈ ਨਾ ਬੰਦੇ ਵਿੱਚ ਇਹ ਫਰਕ ਬਿਲਕੁਲ ਅੱਜਕੱਲ ਫਰਕ ਬਹੁਤ ਹੈਗਾ ਬਿਲਕੁਲ ਬਿਲਕੁਲ ਔਰ ਇਹੀ ਕਲਾਕਾਰ ਨੂੰ ਜਦੋਂ ਹੁਣ ਪੁਰਾਣੇ ਕਲਾਕਾਰਾਂ ਨੂੰ ਦੱਸਦਾ ਹੁੰਦਾ ਸੀ ਜਾ ਕੇ ਮਗਰ ਰਿਦਮ ਵਾਲੇ ਨੂੰ ਵੀ ਤੇ ਨਾਲ ਜਿਹੜਾ ਸੁਰ ਵਾਲੇ ਨੂੰ ਵੀ ਕਿਹੜੇ ਸੁਰ ਤੇ ਗਾਉਣਾ ਤੇ ਅੱਜਕੱਲ ਵਾਲਾ ਕਹਿੰਦਾ ਵੀ ਤੀਜਾ ਕੇ ਕਾਲਾ ਉਹ ਕਹਿੰਦਾ ਵਿੱਚ ਡੱਬ ਖੜੱਬਾ ਜਿਹਾ ਰੱਖਦਾ ਹੈ ਨਾ ਤੇ ਭਾਈ ਇਹ ਦੱਸਿਓ ਵੀ ਤੁਸੀਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਪ੍ਰੋਗਰਾਮ ਬਹੁਤ ਕਰਦੇ ਹੋ ਇੱਥੇ ਵੀ ਪ੍ਰੋਗਰਾਮ ਕਰਦੇ ਹੋ ਹਨ ਕੀ ਕਿਉਂਕਿ ਮੈਂ ਅਕਸਰ ਹੀ ਪੁੱਛਦਾ ਰਹਿੰਦਾ ਕਿਉਂਕਿ ਮੈਨੂੰ ਲੱਗਦਾ ਵੀ ਉੱਥੇ ਜਿਹੜੇ ਸਰੋਤੇ ਹਨ ਉਹਨਾਂ ਦਾ ਟੇ ਉਹ ਹੋਰ ਤਰ੍ਹਾਂ ਦਾ ਸੁਣਦੇ ਆ ਇੱਥੋਂ ਦੇ ਜਿਹੜੇ ਜਨਰੇਸ਼ਨ ਆ ਨਵੀਂ ਅੱਜਕੱਲ ਉਹ ਹੋਰ ਤਰ੍ਹਾਂ ਦਾ ਸੁਣਦੇ ਆ ਕੀ ਫਰਕ ਕਿਉਂ ਇਹ ਕਿਉਂ ਫਰਕ ਲੱਗਦਾ ਲੋਕਾਂ ਦੇ ਲੋਕਾਂ ਦੇ ਗੀਤਾਂ ਦੇ ਮਤਲਬ ਪਸੰਦ ਦੇ ਵਿੱਚ ਵੀ ਫਰਕ ਆ ਦੇਖੋ ਜਿਹੜੇ ਵਿਦੇਸ਼ਾਂ ਵਿੱਚ ਸਾਡੇ ਪੰਜਾਬੀ ਸਰੋਤੇ ਹੈਗੇ ਆ ਉਹਨਾਂ ਦੇ ਦਿਲ 'ਚ ਹੁੰਦਾ ਵੀ ਕੋਈ ਪੰਜਾਬ ਦੀ ਗੱਲ ਕੀਤੀ ਜਾਵੇ ਕੋਈ ਸਾਡੇ ਪਿੰਡਾਂ ਦੀ ਗੱਲ ਕੀਤੀ ਜਾਵੇ ਕੋਈ ਸਾਡੇ ਕਲਚਰ ਦੀ ਗੱਲ ਕੀਤੀ ਜਾਵੇ ਕੋਈ ਸਾਡੇ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਲੋਕ ਪਸੰਦ ਕਰਦੇ ਆ ਜਿੱਦਾਂ ਹੁਣ ਤੁਸੀਂ ਇੱਥੇ ਇੰਟਰਵਿਊ ਕਰਕੇ ਜਾਂਦੇ ਹੋ ਤੇ ਪਿੰਡਾਂ ਵਿੱਚ ਕਰਦੇ ਸਾਰੇ ਕਲਾਕਾਰਾਂ ਦੀਆਂ ਖੁੱਲੀਆਂ ਗਰਾਊਂਡਾਂ ਵਿੱਚ ਖੇਤਾਂ ਦੇ ਵਿੱਚ ਕਰਦੇ ਆ ਉਹ ਲੋਕਾਂ ਨੂੰ ਬੜੀਆਂ ਪਸੰਦ ਆਉਂਦੀਆਂ ਸਟੂਡੀਓ ਵਾਲੀਆਂ ਤਾਂ ਉੱਥੇ ਵੀ ਤੁਸੀਂ ਕਰ ਸਕਦੇ ਹੋ ਜਾਂ ਇੱਥੇ ਵੀ ਕਰ ਸਕਦੇ ਹੋ ਇਸੇ ਤਰ੍ਹਾਂ ਗਾਣੇ ਦਾ ਮਾਹੌਲ ਜਿਹੜਾ ਆ ਜਿਹੜੇ ਬਾਹਰਲਾ ਪ੍ਰਵਾਹਤ ਪਿਆ ਲੋਕਾਂ ਦੇ ਉੱਤੇ ਜਿਹੜੇ ਸਾਡੇ ਬੱਚੇ ਆ ਜਾਂ ਜਿਹੜੇ ਅੱਜ ਕੱਲ ਗਾਣੇ ਸੁਣਦੇ ਆ ਉਹਨਾਂ ਤੇ ਜ਼ਿਆਦਾ ਜਿਹੜਾ ਵਿਦੇਸ਼ੀ ਪ੍ਰਭਾਵ ਜ਼ਿਆਦਾ ਪਿਆ ਆ ਉਹ ਇਸ ਕਰਕੇ ਉਧਰਲਾ ਜਿਹੜਾ ਕਲਚਰ ਆ ਉਹਨੂੰ ਕਰ ਲਿਆ ਉਹਨਾਂ ਨੇ ਅਪਣਾ ਲਿਆ ਤੇ ਇਸ ਕਰਕੇ ਉਲਟਾ ਸਿੱਧਾ ਜਿਹਾ ਕੰਮ ਹੋ ਗਿਆ ਪਾਜੀ ਤੇ ਸਰੋਤੇ ਜਿਹੜੇ ਸਾਡੇ ਆ ਪੰਜਾਬ ਦੇ ਉਹ ਹੋਰ ਤਰ੍ਹਾਂ ਦੇ ਆ ਤੇ ਬਾਹਰਲੇ ਹੋਰ ਤਰ੍ਹਾਂ ਦੇ ਆ ਬਾਹਰ ਇੱਕ ਗੱਲ ਕਹੂੰਗਾ ਮੈਂ ਜਿੰਨੇ ਵੀ ਵਿਦੇਸ਼ਾਂ 'ਚ ਬਸਦੇ ਚਾਹੇ ਜਿਹੜੇ ਮਰਜ਼ੀ ਮੁਲਕ 'ਚ ਹੋਣ ਪਰ ਉਹ ਪੰਜਾਬੀ ਸਿੰਗਰ ਜਿਹੜਾ ਵਧੀਆ ਗਾਉਣ ਵਾਲਾ ਉਹ ਕੋਈ ਵੀ ਸਿੰਗਰ ਹੋਵੇ ਉਹਨੂੰ ਤੇ ਉਹਦੀ ਗਾਇਕੀ ਨੂੰ ਉਹਦੇ ਗੀਤਾਂ ਨੂੰ ਪਿਆਰ ਜ਼ਰੂਰ ਕਰਦੇ ਆ ਪਰ ਇੱਥੇ ਥੋੜਾ ਜਿਹਾ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਹਜੇ ਇਸ ਗੱਲ ਦਾ ਇੰਨਾ ਪਤਾ ਨਹੀਂ ਵੀ ਸਾਡਾ ਜਿਹੜਾ ਵਿਰਸਾ ਹੈ ਸਾਡੀ ਵਿਰਾਸਤ ਹੈ ਸਾਡਾ ਜਿਹੜਾ ਗਾਣਾ ਬਜਾਣਾ ਸਾਡਾ ਕਿੰਨੇ ਵਧੀਆ ਸਾਡੇ ਗੀਤ ਲੋਕ ਗੀਤ ਸਰੇਂਦਰ ਕੌਰ ਜੀ ਦੇ ਹੋਰ ਬਾਪੂ لال ਚਾਹ ਜੰਬਲਾ ਜੱਟ ਜੀ ਦੇ ਉਹ ਅੱਜ ਵੀ ਗਾਣੇ ਸੁਣਦੇ ਲੋਕੀ ਗਰਮੀਤ ਬਾਬਾ ਜੀ ਦੇ ਹੋਰ ਬਹੁਤ ਸਾਰੇ ਸੰਗਰ ਹੈ ਜਿਨ੍ਹਾਂ ਦੇ ਗੀਤ ਹਮੇਸ਼ਾ ਗੂੰਜਦੇ ਰਹਿਣਗੇ ਫਜ਼ਾਮਾਂ ਵਿੱਚ ਤੇ ਇਹਨਾਂ ਦੇ ਵਿਚਾਰਿਆਂ ਦੇ ਗੀਤ ਫਜ਼ਾਮਾਂ ਜ ਨਹੀਂ ਗੂੰਜਣਗੇ 2-3 ਸਾਲ ਬਾਅਦ ਭੁੱਲ ਹੀ ਜਾਂਦੇ ਲੋਕੀ ਇਹਨਾਂ ਨੂੰ ਮੈਂ 31 ਸਾਲ ਦਾ ਸਫਰਿਆ ਮੇਰੇ ਨਾਲ ਕਈ ਆਏ ਕਈ ਚੱਲ ਗਏ ਉਹਨਾਂ ਦਾ ਨਾਮ ਨਹੀਂ ਯਾਦ ਲੋਕਾਂ ਨੂੰ ਹੁਣ ਸੱਚੀ ਗੱਲ ਹੈ 2-3 ਸਾਲ ਤੱਕ ਤੋਂ ਹੀ ਜ਼ਿਆਦਾ ਇਹ ਕਹਤਾ ਹੁਣ ਤਾਂ 2-3 ਮਹੀਨੇ ਵਾਲੀ ਗੇਮ ਆਈ ਹੋਈ ਆ ਕਲਾਕਾਰ ਦਾ ਗੀਤ ਜਦੋਂ ਰਿਲੀਜ਼ ਹੁੰਦਾ ਨਾ ਤਾਂ ਉਹ ਨਾਲ ਦੀ ਨਾਲ ਕਹਿ ਦਿੰਦਾ ਇਹ ਦੱਸੋ ਗਾਣਾ ਕਿਵੇਂ ਲੱਗਿਆ ਤੇ ਅਗਲੇ ਗਾਣਾ ਛੇਤੀ ਪੇਸ਼ ਕਰ ਰਹੇ ਹਨ ਤੇ ਭਾਈ ਇੱਕ ਨਾ ਇਹ ਜ਼ਰੂਰ ਦੱਸਿਓ ਵੀ ਸਖਵਿੰਦਰ ਸਿੰਘ ਤੁਸੀਂ ਜਦੋਂ ਸਖਵਿੰਦਰ ਪੰਛੀ ਬਣਿਓ ਜਾਨੀ ਕਿ ਰੈਗੂਲਰ ਲਾਈਫ ਤੋਂ ਜਦੋਂ ਕਲਾਕਾਰ ਬਣ ਗਏ ਕੁਝ ਕੁ ਯਾਰ ਮਿੱਤਰ ਹੁੰਦੇ ਆ ਜਿਹੜੇ ਉਦੋਂ ਵੀ ਨਾਲ ਹੁੰਦੇ ਆ ਹਿੱਟ ਹੋਣ ਤੋਂ ਬਾਅਦ ਵੀ ਨਾਲ ਹੁੰਦੇ ਆ ਚਾਹੇ ਉਤਾਰ ਚੜਾਹ ਜ਼ਿੰਦਗੀ ਦੇ ਚੱਲਦੇ ਰਹਿਣ ਉਹ ਹਮੇਸ਼ਾ ਨਾਲ ਹੀ ਰਹਿੰਦੇ ਆ ਅੱਜ ਵੀ ਨਾਲ ਆ ਉਦੋਂ ਵੀ ਨਾਲ ਸੀ ਜਦੋਂ ਅਮਰੀਕਾ ਚਲੇ ਗਏ ਸੀ ਤੇ ਵਾਪਸ ਆ ਕੇ ਉਦੋਂ ਵੀ ਨਾਲ ਆ ਕੁਝ ਯਾਰਾਂ ਨੂੰ ਮਿੱਤਰਾਂ ਦਾ ਜ਼ਿਕਰ ਕਰਨਾ ਚਾਹੂੰਗਾ ਮੈਂ ਇਹ ਗੱਲ ਸਾਬ ਬਹੁਤ ਲੋਕਾਂ ਦਾ ਭਲਾ ਕੀਤਾ ਪਰ ਮੈਨੂੰ ਇਹ ਲੱਗਿਆ ਵੀ ਮੇਰੇ ਨਾਲ ਕੋਈ ਨਹੀਂਗਾ ਸੱਚੀ ਗੱਲ ਇਹ ਵੀ ਲੋਕਾਂ ਨੇ ਮੇਰੇ ਤੋਂ ਮਤਲਬ ਕੱਢਿਆ ਮਤਲਬ ਕੱਢ ਕੇ ਜਿੱਦਾਂ ਜਿੱਦਾਂ ਲੋਕੀ ਪਿੱਛੇ ਗਈ ਹੈ ਪਿੱਛੇ ਜਾਈਗਾ ਸਾਰੇ ਮੇਰੇ ਤੋਂ ਮੈਂ ਹਰ ਬੰਦੇ ਦੇ ਕੰਮ ਆਇਆ ਪਰ ਮੈਨੂੰ ਦੁੱਖ ਇਸ ਗੱਲ ਦਾ ਕਿ ਮੇਰੇ ਕੋਈ ਕੰਮ ਨਹੀਂ ਆਇਆ ਇਸੇ ਕਰਕੇ ਨਾ ਤਾਂ ਮੇਰੀ ਕਿਸੇ ਗੌਣ ਵਾਲੇ ਨਾਲ ਬੰਦਦੀ ਹੈ ਮੇਰੀ ਕਿਸੇ ਨਾਲ ਬਾਲੀ ਦੋਸਤੀ ਨਹੀਂ ਹੈਗੀ ਮੈਂ ਝੂਠ ਨਹੀਂ ਬੋਲਦਾ ਜਾਂ ਤੁਸੀਂ ਦੇਖਿਆ ਹੋਊਗਾ ਫਲਾਨੇ ਗੌਣ ਵਾਲੇ ਨਾਲ ਫੋਟੋ ਪਾਤੀ ਉਹਨਾਂ ਜਾਂ ਫੇਸਬੁੱਕ ਤੇ ਫਲਾਨੇ ਨਾਲ ਜੋ ਉੱਥੇ ਗਿਆ ਮੈਂ ਇਦਾਂ ਦਾ ਨਹੀਂ ਸਿਸਟਮ ਹੈਗਾ ਮੇਰਾ ਕਿਉਂਕਿ ਉਹਨਾਂ ਦੀ ਨੇਚਰ ਹੋਰ ਤਰ੍ਹਾਂ ਦੀ ਆ ਜਾਂ ਅੱਜਕੱਲ੍ਹ ਦੇ ਲੋਕਾਂ ਦੀ ਨੇਚਰ ਹੈਗੀ ਵੀ ਕਿਸੇ ਤੋਂ ਮਤਲਬ ਕੱਢਣਾ ਆਪਾਂ ਪਰ ਮੇਰੀ ਨੇਚਰ ਇਦਾਂ ਦੀ ਨਹੀਂ ਕਿ ਮੈਂ ਮਤਲਬ ਕੱਢਾਂ ਮੈਂ ਮਤਲਬ ਨਹੀਂ ਕੱਢਦਾ ਮੈਂ ਕਿਸੇ ਦੇ ਕੰਮ ਜਰੂਰ ਆ ਸਕਦਾ ਮੈਂ ਗਰੀਬ ਬੰਦਾ ਆ ਮੈਂ ਪਹਿਲਾਂ ਵੀ ਗਰੀਬ ਸੀਗਾ ਤੇ ਅੱਜ ਵੀ ਗਰੀਬ ਆ ਤੇ ਮੈਂ ਚਾਹਣਾ ਵੀ ਕਿਸੇ ਦਾ ਭ ਪਰ ਲੋਕੀ ਭੁੱਲ ਜਾਂਦੇ ਆ ਦੁੱਖ ਇਸ ਗੱਲ ਬਿਲਕੁਲ ਸੋ ਬੜਾ ਵਧੀਆ ਮੈਸੇਜ ਆ ਉਹਦੇ ਨਾਲ ਅਸੀਂ ਹੁਣ ਅੰਤਲੇ ਪੜਾਵਾ ਤੇ ਆ ਗਏ ਆ ਇਸ ਇੰਟਰਵਿਊ ਦੇ ਤੇ ਆਪਾਂ ਨਾ ਜਿਵੇਂ ਸਟਾਰਟ ਤੇ ਗੱਲ ਕੀਤੀ ਸੀ ਇਸ ਸੈਗਮੈਂਟ ਦੇ ਬਾਈ ਜੋਰਾ ਲਸਾੜਾ ਹਨਾ ਸਾਡੇ ਉੱਤੇ ਨਿਊਯਾਰਕ ਨਿਊ ਜਰਸੀ ਦੇ ਵਿੱਚ ਅਸੀਂ ਅਕਸਰ ਹੀ ਮਿਲਦੇ ਆ ਔਰ ਉਹਦੇ ਗੀਤ ਜਿਹੜਾ ਤੁਸੀਂ ਰਿਕਾਰਡ ਕਰਵਾਇਆ ਯਾਰੀਆਂ ਉਹਦੀਆਂ ਦੋ ਲਾਈਨਾਂ ਗੁੰਗੁਣਾ ਕੇ ਉਹਦੇ ਨਾਲ ਇਸ ਇੰਟਰਵਿਊ ਦਾ ਐਂਡ ਕਰਾਂਗੇ ਤਾਂ ਕਿ ਯਾਰੀਆਂ ਦੀ ਅਸਲੀ ਗੱਲ ਜਿਵੇਂ ਆਪਾਂ ਹੁਣੇ ਕੀਤਾ ਵੀ ਮੇਰੇ ਨਾਲ ਕੋਈ ਨਹੀਂ ਖੜਾ ਉਹਦੇ ਵਿੱਚ ਵੀ ਇਹੀ ਗੱਲ ਆ ਦੋਸ਼ ਪੇਸ਼ ਕਰ ਰਹੇ ਆ ਜੀ ਉਹ ਉੱਚੇ ਜਿਹੜੇ ਹੋਏ ਸਾਡੇ ਮੋਢਿਆਂ ਤੇ ਚੜ ਕੇ ਹੁਣ ਕਦੇ ਵੇਖਦੇ ਨਾ ਸਾਡੇ ਵਾਲ ਖੜ ਕੇ ਉਹ ਸਿਖਰਾਂ ਤੇ ਜਾ ਕੇ ਸ਼ੁਰੂਆਤ ਭੁੱਲ ਜਾਂਦੇ ਨੇ ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਉਹ ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਉਹ ਜਿਹੜੇ ਕਦੇ ਜੋਰੇ ਦਿਆਂ ਪੈਰਾਂ ਵਿੱਚ ਬੰਦੇ ਸੀ ਭੁੱਲਾਗੇ ਨਹੀਂ ਜ਼ਿੰਦਗੀ ਚ ਬਾਰ-ਬਾਰ ਕਹਿੰਦੇ ਸੀ ਉਹ ਜਿਹੜੇ ਘਰ ਮੇਲਦਿਆਂ ਪੈਰਾਂ ਵਿੱਚ ਬੰਦੇ ਸੀ ਉਹ ਭੁੱਲਾਗੇ ਨਹੀਂ ਜ਼ਿੰਦਗੀ ਚ ਬਾਰ-ਬਾਰ ਕਹਿੰਦੇ ਸੀ ਉਹ ਨੰਗ ਬੰਦੇ ਹੁੰਦੇ ਉਹ ਜਿਹੜੇ ਬੇਕਮੁੱਲ ਜਾਂਦੇ ਨੇ ਉਹ ਕਈ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਉਹ ਸਿਖਰਾਂ ਤੇ ਜਾ ਕੇ ਸ਼ੁਰੂਆਤ ਭੁੱਲ ਜਾਂਦੇ ਨੇ ਉਹ ਮਾੜੇ ਬੰਦੇ ਆਪਣੀ ਔਕਾਤ ਭੁੱਲ ਜਾਂਦੇ ਨੇ ਐਸੀ ਸਾਡੀ ਖਾਸ ਗੱਲਬਾਤ ਬਾਈ ਸੁਖਵਿੰਦਰ ਪੰਚੀ ਹੁਣਾ ਦੇ ਨਾਲ ਚੰਗੀਆਂ ਲੱਗੀਆਂ ਹੋਣਗੀਆਂ ਤੁਹਾਨੂੰ ਸਾਡੀਆਂ ਇਹ ਗੱਲਾਂ ਬਾਤਾਂ ਉਮੀਦ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੁਸੀਂ ਵੀ ਬਹੁਤ ਕੁਝ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੋਵੇਗਾ ਛੱਲੇ ਮੁੰਧੀਆਂ ਵਾਲੇ ਗੀਤ ਨੂੰ ਯਾਦ ਕੀਤਾ ਹੋਵੇਗਾ ਮਿੱਠੇ ਲਾਰੇ ਵਾਲੇ ਗੀਤ ਨੂੰ ਯਾਦ ਕੀਤਾ ਹੋਵੇਗਾ ਸ਼ਾਹਾਂ ਦੀ ਇਹ ਕੁੜੀਏ ਵਾਲੇ ਗੀਤ ਨੂੰ ਯਾਦ ਕੀਤਾ ਹੋਵੇਗਾ ਕਾਲਜ ਟਾਈਮ ਤੇ ਬਹੁਤ ਗੀਤ ਤੁਸੀਂ ਵੀ ਇਹ ਸੁਨੇ ਹੋਣਗੇ ਉਮੀਦ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਤੁਹਾਨੂੰ ਆਪਣਾ ਕਾਲਜ ਵਾਲਾ ਸਮਾਂ ਚੇਤੇ ਆਇਆ ਹੋਵੇਗਾ ਅੱਜ ਦੇ ਪ੍ਰੋਗਰਾਮ ਨਾਲ ਰਿਲੇਟਡ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in सत श्रीकाल रब रखा हूँ तुम देख सकते हो ग्लोबल पंजाब टीवी डाउनलोड करो साड़ी एप एंड्रॉयड या आई ओ एस से फ्री बिच रोकू और एमेजॉन फायर टीवी से जपल टीवी से नाल ही देख सकते हो लाइव स्ट्रीमिंग डबल्यू डबल्यू